ਪੁਲਿਸ ਜਿਹੜੀ ਹੈਗੀ ਘੋੜਿਆਂ ਵਾਲੀ ਪੁਲਿਸ ਅਤੇ ਪਿੱਛੋਂ ਜਿਹੜੀਆਂ ਪਾਣੀ ਦੀਆਂ ਵਿਛਾੜਾਂ ਵਾਸਤੇ ਟੈਂਕੀਆਂ ਭਰੀਆਂ ਪਈਆਂ, ਟੈਂਕੀਆਂ ਅੱਗਾਂ ਫਿਲ ਵੀ ਕੀਤੀਆਂ ਨੇ ਗੰਦੇ ਨਾਲ। ਇਹਨਾਂ ਨੇ ਜਿੱਥੇ ਬੈਰੀਗੇਟ ਲਾਏ ਉਹਦੇ ਨਾਲ ਨਾਲ ਉੱਪਰ ਕੰਡਿਆਲੀ ਤਾਰਾਂ ਵੀ, ਜਿਹਨੇ ਨਵੀਂ ਜਨਰੇਸ਼ਨ ਬਣਾਉਣੀ ਹੈ, ਨਵੀਂ ਜਨਰੇਸ਼ਨ ਪੈਦਾ ਕਰਨੀ ਹੈ, ਉਹ ਸੜਕਾਂ 'ਤੇ ਰੁੜ ਰਿਹਾ। ਜੇ ਇਹਨਾਂ ਕੋਲ ਜ਼ਿਆਦਾ ਪਾਵਰ ਹੈ ਤਾਂ ਇਹ ਬਾਰਡਰਾਂ ਦੇ ਉੱਤੇ ਪਰਖ ਲੈਣ। ਸੁਰੇਸ਼ ਕੁਮਾਰ ਜੀ ਨੇ ਕਲੀਅਰ ਕਿਹਾ, ਕਹਿੰਦੇ ਆਹ ਕੁਛ ਦੇ ਸਕਦੇ ਹਾਂ, ਜੇ ਲੈਣਾ ਲਓ ਨਹੀਂ ਤਾਂ ਉੱਠੋ। ਕਹਿੰਦੇ ਕੋਈ ਗੱਲ ਨਹੀਂ, ਜੇ ਉਹ ਮਰਦਾ ਹੈ ਮਰਨ ਤੋਂ ਬਾਅਦ ਕੋਈ ਹੋਰ ਬੰਦਾ। ਅਸੀਂ ਟੀਚਰ ਹੀ ਕੱਚੇ ਹਾਂ, ਇਰਾਦੇ ਸਾਡੇ ਪੱਕੇ ਹੈ। ਅਗਲੀ ਗਵਰਨਮੈਂਟ ਨੇ ਪਹਿਲਾਂ ਜਿਹੜੀ ਕਹਿੰਦੀ ਸੀ ਪੱਕੇ ਕਰਾਂਗੇ, ਉਹਨਾਂ ਨੇ ਪਹਿਲਾਂ ਬਿੱਲ ਖਤਮ ਕੀਤਾ। ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਧਰਨੇ 'ਚ ਆਏ 29 ਦਸੰਬਰ 2016 ਨੂੰ, ਇੱਥੇ ਆ ਕੇ ਸਾਡੇ ਨਾਲ ਵਾਅਦਾ ਕੀਤਾ, ਨਾਲ ਇਹ ਵੀ ਹਮਦਰਦੀ ਵਾਲੀਆਂ ਗੱਲਾਂ ਸਾਡੇ ਨਾਲ ਕੀਤੀਆਂ, ਕਿਉਂਕਿ ਅਸੀਂ ਵੋਟ ਬੈਂਕ ਸੀ। ਸਾਡੀ ਕਿਸੇ ਨੇ ਨਹੀਂ ਸੁਣੀ ਜੀ, ਐਕਚੁਅਲੀ ਸਾਨੂੰ ਕੁੱਟ ਪਈ ਹੈ, ਪਹਿਲਾਂ ਪਿਛਲੀ ਅਕਾਲੀ ਗਵਰਨਮੈਂਟ ਦੀ ਕੁੱਟ ਖਾਧੀ ਅਸੀਂ 10 ਸਾਲ। ਪਰ ਹੁਣ ਤੁਸੀਂ 4.5 ਸਾਲ ਨਿਕਲਣ ਤੋਂ ਬਾਅਦ ਹੁਣ ਪ੍ਰੋਟੈਸਟ ਕਰ ਰਹੇ ਹਾਂ ਪੂਰਾ 4.5 ਸਾਲ, ਤੁਸੀਂ ਕਿਉਂ ਨਹੀਂ ਬੋਲੇ? ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਹੈ ਸੰਘਰਸ਼ ਦੀ ਦੁਨੀਆ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਰੱਖਣ ਵਾਲੇ ਅਤੇ ਕੱਚੇ ਅਧਿਆਪਕ ਯੂਨੀਅਨ ਦੇ ਕਨਵੀਨਰ ਅਜਮੇਰ ਔਲਕ। ਮੋਸਟ ਵੈਲਕਮ ਸਰ। ਥੈਂਕ ਯੂ। ਸਟਾਰਟ ਕਰੂੰਗੀ ਮੈਂ ਇਸ ਸਵਾਲ ਤੋਂ ਕਿ ਟੀਚਰਸ ਦੇ ਲਈ ਛੱਤਾਂ 'ਤੇ ਚੜ੍ਹਨਾ, ਧਰਨੇ ਕਰਨੇ, ਇਹ ਯੋਗਤਾ ਕਦੋਂ ਦਾ ਬਣ ਗਿਆ? ਮੈਡਮ ਤਰਾਸਦੀ ਹੈ ਵੈਸੇ, ਟੀਚਰ ਕਿਸੇ ਦਿਨ ਕੋਈ ਸਟ੍ਰਾਈਕ ਕਰਦਾ ਸੀ ਤਾਂ ਗੌਰਮੈਂਟ ਹੈ ਜਿਹੜੀ ਉਹਦੀ ਆਵਾਜ਼ ਸੁਣਦੀ ਸੀ, ਸਟ੍ਰਾਈਕ ਦੀ ਲੋੜ ਨਹੀਂ ਸੀ ਪੈਂਦੀ। ਅੱਜ ਇਹ ਟ੍ਰੈਂਡ ਬਣ ਗਿਆ ਕਿ ਸੰਘਰਸ਼ ਖਾਸ ਕਰਕੇ ਟੀਚਿੰਗ ਡਿਪਾਰਟਮੈਂਟ ਹੈ ਜਿਹੜਾ ਉਹੀ ਜ਼ਿਆਦਾ ਕਰ ਰਿਹਾ, ਕਿਉਂਕਿ ਸੰਤੁਸ਼ਟੀਜਨਕ ਕੋਈ ਵੀ ਰਿਕਰੂਟਮੈਂਟ, ਕੋਈ ਵੀ ਉਹਨਾਂ ਦੀ ਸੈਲਰੀ ਪੱਖੋਂ, ਡਾਕ ਪੱਖੋਂ ਜਾਂ ਕਿਸੇ ਵੀ ਪੱਖੋਂ ਕਹਿ ਲਓ, ਟੀਚਰ ਨੂੰ ਸੰਤੁਸ਼ਟ ਨਹੀਂ ਕੀਤਾ ਗਿਆ। ਕਿਸੇ ਵੀ ਗੌਰਮੈਂਟ ਨੇ ਟੀਚਰ ਦਾ ਸ਼ੋਸ਼ਣ ਕੀਤਾ, ਤਾਂ ਇਸ ਕਰਕੇ ਹੀ ਜਿਹੜਾ ਸਟਰਗਲ ਸ਼ੁਰੂ ਹੋਏ। ਅਸੀਂ ਆਪਦੀ ਜੇ ਗੱਲ ਕਰਾਂ, ਅਸੀਂ ਕਰੀਬ 2003 ਤੋਂ ਸਾਡੇ ਨਾਲ ਦੇ ਸਾਥੀ ਜਿਹੜੇ ਰਿਕਰੂਟ ਹੋਏ, ਗੌਰਮੈਂਟ ਨੇ ਰਿਕਰੂਟ ਕੀਤੇ, ਤਾਂ 18 ਸਾਲ ਟੱਪਣ ਤੋਂ ਬਾਅਦ ਵੀ ਅਜੇ ਤੱਕ ਗੌਰਮੈਂਟ ਨੇ ਰੈਗੂਲਰ ਨਹੀਂ ਕੀਤਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ, ਅਜੇ ਤੱਕ 5-5 ਹਜ਼ਾਰ ਰੁਪਏ ਤਨਖਾਹ ਦੇ ਉੱਤੇ ਪਰਿਵਾਰ ਆ ਜਿਹੜੇ ਪਾਲੇ ਜਾ ਰਹੇ ਹੈ, ਅਤੇ ਉਹ ਵੀ ਇੰਨੇ ਲੰਬੇ ਅਰਸੇ ਤੋਂ। ਤਾਂ ਟੀਚਿੰਗ ਕਿੱਥੋਂ ਤੱਕ ਸੰਤੁਸ਼ਟੀਜਨਕ ਰਿਹਾ? ਪਰ ਇਹ ਕੱਚੇ ਅਧਿਆਪਕ ਤੁਹਾਡੇ ਨਾਮ ਨਾਲ ਕੱਚੇ ਕਿੱਦਾਂ ਪਿਆ? ਟੈਂਪਰੇਰੀ ਤਾਂ ਪਿਆ ਜੀ, ਕਿਉਂਕਿ ਐਕਚੁਅਲੀ ਸਾਨੂੰ ਜਦੋਂ ਸਾਡੀ ਰਿਕਰੂਟਮੈਂਟ ਹੋਈ ਤਾਂ ਉਹਦੇ ਵਿੱਚ ਕੀ ਹੋਇਆ ਵੀ ਇਹਨਾਂ ਨੇ ਸਰਵ ਸਿੱਖਿਆ ਅਭਿਆਨ ਤਹਿਤ ਇਹਨਾਂ ਨੇ ਕੁਝ ਸਕੀਮਾਂ ਅੱਗੇ ਲੈ ਕੇ ਆਏ, ਜਿਹਦੇ ਵਿੱਚ ਇਹ ਹੋਇਆ ਵੀ ਜਿਵੇਂ ਪੜ੍ਹੋ ਪੰਜਾਬ ਚੱਲਿਆ, ਕੁਝ ਸਕੀਮਾਂ ਰਿਲੇਟਡ ਸੀਗੀਆਂ ਵੀ ਜਿਹੜੇ ਆਊਟ ਆਫ ਸਕੂਲ ਬੱਚੇ ਸੀਗੇ, ਜਿਵੇਂ ਭੱਠਿਆਂ ਵਾਲੇ ਬੱਚੇ ਹੋਏ ਜਾਂ ਹੋਰ ਵੀ ਜਿਹੜੇ ਬੱਚੇ ਮੇਨ ਸਟ੍ਰੀਮ ਨਹੀਂ ਸੀਗੇ, ਤਾਂ ਹਰੇਕ ਬੱਚੇ ਨੂੰ ਐਜੂਕੇਟ ਕਰਨ ਦੇ ਲਈ ਜਾਂ ਬੱਚੇ ਨੂੰ ਮੇਨ ਸਟ੍ਰੀਮ ਕਰਨ ਦੇ ਲਈ ਜਾਂ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਜਿਹੜਾ ਇਹਨਾਂ ਨੇ ਟੈਂਪਰੇਰੀ ਸਟਾਫ ਭਰਤੀ ਕੀਤਾ, ਜਿਹਦੀ ਕਿ ਬੁਨਿਆਦ 2003 ਤੋਂ ਕਰੀਬ ਚੱਲੀ ਅਤੇ ਇਹ 2013 ਤੱਕ ਰਹੀ। ਸਮੇਂ ਸਮੇਂ 'ਤੇ ਭਰਤੀ ਕੀਤੇ ਗਏ, ਚਾਹੇ ਉਹਨਾਂ ਦਾ ਨਾਮ EGS ਰਿਹਾ, STR ਰਿਹਾ, IEV ਰਿਹਾ, ਚਾਹੇ ਐਜੂਕੇਸ਼ਨ ਪ੍ਰੋਵਾਈਡਰ ਰਿਹਾ। ਤਾਂ ਕਰੀਬ 4-5 ਜਿਹੜੀਆਂ ਐਸੋਸੀਏਸ਼ਨਾਂ ਵੱਖਰੀਆਂ ਵੱਖਰੀਆਂ ਸੀ, ਹੁਣ ਤੱਕ ਜੋ ਆਪੋ ਆਪਣੇ ਲੈਵਲ ਦੇ ਉੱਤੇ ਲੜੇ ਤਾਂ ਟੈਂਪਰੇਰੀ ਰਹੇ ਹੁਣ ਤੱਕ, ਭਾਵੇਂ ਦੀ ਕੋਈ ਵੀ ਗੌਰਮੈਂਟ ਹੋਈ ਉਹਨਾਂ ਨੇ ਰੈਗੂਲਰ ਨਹੀਂ ਕੀਤਾ। ਮਤਲਬ ਤੁਸੀਂ ਇਸ ਟਾਈਮ ਬਹੁਤ ਸਾਰੇ ਅਲੱਗ ਅਲੱਗ ਕੈਡਰ ਦੇ ਟੀਚਰ ਇਕੱਠੇ ਹੋਏ ਆ ਇਸ ਯੂਨੀਅਨ ਦੇ ਵਿੱਚ ਜੋ ਕੱਚੇ ਹੈਗੇ ਟੈਂਪਰੇਰੀ ਤੌਰ 'ਤੇ ਰੱਖੇ ਗਏ ਸੀ, ਉਹਨਾਂ ਦੇ ਕੀ ਨਾਮ ਆ ਜਾਂ ਉਹਨਾਂ ਦੇ ਕੀ ਡਿਊਟੀ ਸੀਗੀਆਂ? EGS ਹੈ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਹੈਗਾ ਸੀ ਵੀ ਜਿਹੜੀ ਐਜੂਕੇਸ਼ਨ ਗਰੰਟੀ ਸਕੀਮ ਹੈ, ਤਾਂ ਉਹਨਾਂ ਦਾ ਇਹ ਪਰਪਜ਼ ਸੀ ਵੀ ਜਿਹੜੇ ਬੱਚੇ ਆਊਟ ਆਫ ਸਕੂਲ ਹੈ, ਸਕੂਲ ਤੋਂ ਬਾਹਰ ਹੈ, ਵਿਰਵੇ ਬੱਚੇ ਹੈ ਜਾਂ ਕਿਸੇ ਕਾਰਨ ਕਰਕੇ ਉਹ ਲੇਬਰ ਕਰ ਰਹੇ ਆ ਜਾਂ ਬੱਚੇ ਕਿਸੇ ਕਾਰਨ ਕਰਕੇ ਉਹ ਸਕੂਲ ਤੱਕ ਅਪਰੋਚ ਨਹੀਂ ਕਰ ਸਕੇ, ਉਹਨਾਂ ਨੂੰ ਮੇਨ ਸਟ੍ਰੀਮ ਕੀਤਾ ਜਾਵੇ। ਅੱਛਾ ਜੀ। ਉਸ ਤੋਂ ਇਲਾਵਾ ਅੱਗੇ EGS ਤੋਂ ਬਾਅਦ ਆਉਂਦੇ ਆ ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਪ੍ਰੋਵਾਈਡਰ, ਜਿਨ੍ਹਾਂ ਦੀ ਭਰਤੀ ਤਾਂ 2003 ਤੋਂ ਚੱਲੀ ਸੀ, ਬਟ ਉਹਨਾਂ ਦੀ ਉਸ ਸਮੇਂ ਗਿਣਤੀ ਘੱਟ ਸੀਗੀ। 2008 ਦੇ ਵਿੱਚ ਪੜ੍ਹੋ ਪੰਜਾਬ ਆਇਆ, ਪੜ੍ਹੋ ਪੰਜਾਬ ਦੇ ਇਹਨਾਂ ਨੇ ਐਜੂਕੇਸ਼ਨ ਦਾ ਜਿਹੜਾ ਮਿਆਰ ਸੀ, ਮਤਲਬ ਜਿਵੇਂ ਹੁਣ ਕੇਰਲਾ ਦੇ ਆਪਾਂ ਅੰਕੜੇ ਦੇਖਦੇ ਹਾਂ ਵੀ ਉੱਥੇ ਬਹੁਤ ਲਿਟਰੇਸੀ ਰੇਟ ਜ਼ਿਆਦਾ ਹੈ, ਇਹਨਾਂ ਨੇ ਸੋਚਿਆ ਸੀ ਵੀ ਪੰਜਾਬ ਦੇ ਵਿੱਚ ਲਿਟਰੇਸੀ ਰੇਟ ਆ ਜਿਹੜਾ ਵਧਾਉਣਾ ਹੈ। ਤਾਂ ਇੱਕ ਪੜ੍ਹੋ ਪੰਜਾਬ ਪ੍ਰੋਜੈਕਟ ਲੈ ਕੇ ਕ੍ਰਿਸ਼ਨ ਕੁਮਾਰ ਜੀ ਉਦੋਂ DGSC ਸੀਗੇ, ਉਹਦੇ ਤਹਿਤ ਇਹਨਾਂ ਨੂੰ
इन्हों ने सोचा कि भी BRP ब्लॉक रिसोर्स परसन इन्हों एक ऑफिशियली काम चलाने वास्ते इन्हों लोड़ पई गवर्नमेंट नूं कि भी DO BO ते ईवन के इतों तक DGAC ऑफिस तक स्टाफ की लोड़ पई तो वह 2500 BRP भर्ती करन दे लई सेंटर ने एक स्कीम दिती इन्हों भी तुसी भर्ती करो BRP ब्लॉक रिसोर्स परसन बट इन्होंने स्कीम लाई अगों भी असी ये कही है कि ब्लॉक रिसोर्स परसन का काम है जो असी रेगुलर टीचर से वो असी एक स्कूल दे विचों एक लै लैने तो 2500 पूरे पंजाब दे विचों जिमें जिमें डिमांड ब्लॉक लैवल DO लैवल जां DGAC लैवल उहदे मुताबक इन्होंने रेगुलर टीचर नूं एक उस काम दे लई लाया तो उन्हां दी थां ते 3 गुणा एजुकेशन प्रोवाइडर भर्ती कीते उस समय सिक्ख्या कर्मी टीचर कहा जाता सी जिहड़े ब्लॉक रिसोर्स परसन सेंटर की सरकार ने पंजाब सरकार नूं कहा सी तुसी रिक्रूट करो जी ते इन्हां दी तनखाह सेंटर तों आनी सी जी पर सरकार पंजाब सरकार ने की किया अपने जो रेगुलर अध्यापक सी उन्हां नूं ही इस पोस्ट ते लगा दिता ब्लॉक रिसोर्स परसन दी ते जी ते कच्चे अध्यापक पिंडा चो भर्ती कर लै अपना काम सारण दे लई तो फिर जो सेंटर तो तनखा मतलब जिहड़ी सेंटर तो तनखा होंदी है मैडम एक्चुअली जिहड़ी है ना सर्व सिक्ख्या अभियान ਇਹਦੇ ਤਹਿਤ ਮੈਚਿੰਗ ਗ੍ਰਾਂਟ ਹੈ ਵੀ 65-35 ਦੀ ਰੇਸ਼ੋ ਹੈ ਕਈ ਵਾਰੀ ਉਹ 70-30 ਵੀ ਹੋ ਜਾਂਦੀ ਸੀ 65-35 ਦੀ ਰੇਸ਼ੋ ਦਾ ਮਤਲਬ ਇਹ ਕਿ 65% ਹੈ ਜਿਹੜਾ ਗਵਰਨਮੈਂਟ ਨੇ ਸੈਂਟਰ ਨੇ ਦੇਣਾ ਔਰ 35% ਹੈ ਜਿਹੜਾ ਪੰਜਾਬ ਸਰਕਾਰ ਨੇ ਦੇਣਾ ਜਾਂ ਕੋਈ ਵੀ ਸਟੇਟ ਹੈ ਚਲੋ ਇਹਨਾਂ ਨੇ ਫੰਡ ਉਹ ਪਾਉਣਾ ਅਤੇ ਉਸ ਨੂੰ ਸੈਲਰੀ ਦੇਣੀ ਸੀਗੀ ਮੈਚਿੰਗ ਗ੍ਰਾਂਟ 'ਚ ਹੁਣ ਇਹਨਾਂ ਨੇ ਜੋ ਸੈਂਟਰ 'ਚੋਂ ਆਇਆ ਪਹਿਲਾਂ ਤਾਂ ਇਹ ਸਕੀਮ ਲਾਈ ਕਿ ਵੀ ਇਹਨਾਂ ਨੇ ਐਜੂਕੇਸ਼ਨ ਦੇ ਵਿੱਚ ਕੋਈ ਫਰਕ ਨਾ ਪਵੇ ਅਸੀਂ ਮਤਲਬ ਟੈਂਪਰੇਰੀ ਸਟਾਫ ਰੱਖੀਏ ਪਿੰਡਾਂ 'ਚੋਂ ਉਹ ਜਿਹੜੇ ਐਜੂਕੇਟਡ ਲੋਕ ਨੇ ਠੀਕ ਹੈ ਇਹਨਾਂ ਨੇ ਸਾਨੂੰ ਰਿਕਰੂਟ ਕੀਤਾ ਇੱਕ ਦੀ ਥਾਂ 'ਤੇ 3 ਰੱਖੇ ਫਿਰ ਇਹ ਕਿ ਮੈਚਿੰਗ ਗ੍ਰਾਂਟ ਪੂਰੀ ਨਹੀਂ ਦਿੱਤੀ ਕਿ ਪੰਜਾਬ ਗਵਰਨਮੈਂਟ ਨੇ ਆਪਦੇ ਫੰਡ ਨਹੀਂ ਪਾਏ ਉਸ 'ਚ ਜਿੰਨੀ ਉੱਪਰੋਂ ਫਾਰ ਐਗਜ਼ਾਮਪਲ ਕਿ ਉਸ ਸਮੇਂ ਜੇ 30,000 ਸੀ ਤਾਂ ਉਹਦੀ 65% ਜਿੰਨੀ ਆਈ ਉਨੀ 3 ਦੇ ਵਿੱਚ ਵੰਡਤੀ ਮਤਲਬ ਆਪਣੇ ਇੱਕ ਤਰ੍ਹਾਂ ਨਾਲ ਸੈਂਟਰ ਨੂੰ ਇਹ ਸ਼ੋਅ ਕੀਤਾ ਗਿਆ ਕਿ ਅਸੀਂ ਇੰਪਲੋਈ ਨਵੇਂ ਰੱਖ ਲਏ ਆ ਤੇ ਉਧਰੋਂ ਫੰਡ ਲਿਆ ਗਿਆ ਬਿਲਕੁਲ ਜੀ ਤੇ ਆਪਣੇ ਜਦਕਿ ਆਪਣੇ ਹੀ ਰੈਗੂਲਰ ਇੰਪਲੋਈਜ਼ ਨੂੰ ਇਸ ਕੰਮ 'ਚ ਲਾਇਆ ਗਿਆ ਜੀ ਅਤੇ ਇਸ ਕਰਕੇ ਸਾਨੂੰ ਉਦੋਂ ਪੜ੍ਹੋ ਪੰਜਾਬ ਦੇ ਅਸੀਂ ਅੰਕੜੇ ਮਤਲਬ ਜਿਵੇਂ ਹੁਣ ਬੱਚਿਆਂ ਦਾ ਲਿਟਰੇਸੀ ਰੇਟ ਸੀਗਾ ਉਹਦੇ ਵਿੱਚ ਕਿਉਂਕਿ ਅਸੀਂ ਨਵੇਂ ਨਵੇਂ ਭਰਤੀ ਹੋਏ ਸੀ ਸਾਨੂੰ ਇਹ ਸੀ ਟੀਚਿੰਗ ਦਾ ਮੌਕਾ ਮਿਲਿਆ ਹੈ ਅਤੇ ਅਸੀਂ ਬਹੁਤ ਜ਼ੋਰ ਲਾਇਆ ਐਜੂਕੇਸ਼ਨ ਦੇ ਨਾਲ ਨਾਲ ਅਸੀਂ ਨੋਨ ਟੀਚਿੰਗ ਵੀ ਕੰਮ ਕੀਤੇ ਅੱਛਾ ਜੀ ਸਕੂਲਾਂ ਦੇ ਵਿੱਚ ਸਕੂਲਾਂ ਦਾ ਇਨਫਰਾਸਟ੍ਰਕਚਰ ਤੋਂ ਲੈ ਕੇ ਸਕੂਲਾਂ ਦੇ ਗਰਾਊਂਡ ਇਹ ਸਮਝ ਲਓ ਵੀ ਟੋਟਲ ਕੰਮ ਸਕੂਲ ਦੀ ਜਿੰਨੀ ਇੱਕ ਅੱਛੇ ਤਰੀਕੇ ਨਾਲ ਦੇਖਭਾਲ ਕਰ ਸਕਦੇ ਹਰੇਕ ਪੱਖੋਂ ਚਾਹੇ ਉਹ ਬੱਚਿਆਂ ਨੂੰ ਕੋਈ ਵੀ ਨੋਨ ਅਕੈਡਮਿਕ ਕੰਮ ਸੀਗੇ ਸਪੋਰਟਸ ਸੀਗਾ ਬੱਚਿਆਂ ਨੂੰ ਹਰੇਕ ਪੱਖੋਂ ਅੱਗੇ ਕੱਢਿਆ ਅੱਜ ਪੰਜਾਬ ਨੰਬਰ 1 ਸੂਬਾ ਹੈ ਇਹਦੇ 'ਚ ਤੁਹਾਨੂੰ ਕੀ ਲੱਗਦਾ ਤੁਹਾਡਾ ਕਿੰਨਾ ਸਾਥ ਕਿੰਨਾ ਦੇਣ ਰਹੀ ਹੈ ਇਸ ਚੀਜ਼ 'ਚ ਐਕਚੁਅਲ ਦੇ ਵਿੱਚ ਮੈਡਮ ਥੋੜ੍ਹੀ ਜਿਹੀ ਡਿਟੇਲ ਇਹਦੇ 'ਚ ਦੱਸਣਾ ਚਾਹਾਂਗਾ ਕਿ ਜਿਹੜਾ ਐਕਚੁਅਲੀ ਰੈਂਕ ਸੀਗਾ ਜਦੋਂ ਅਸੀਂ ਭਰਤੀ ਹੋਏ ਸੀ ਉਹ ਵਾਕਈ ਉਦੋਂ ਰੈਂਕ ਬਣਿਆ ਪੰਜਾਬ ਦਾ ਪਹਿਲਾਂ 20-22 ਨੰਬਰ 'ਤੇ ਸੀਗਾ ਅਤੇ ਜਦੋਂ ਅਸੀਂ ਲੇਬਰ ਕੀਤੀ ਹਾਰਡ ਵਰਕ ਕੀਤਾ ਤਾਂ ਸਾਡੇ ਲੋਕ ਸਾਰੇ ਵੈਲ ਕੁਆਲੀਫਾਈਡ ਉਹਨਾਂ ਨੇ ਐਜੂਕੇਸ਼ਨ ਦੇ ਨਾਲ ਸਾਰੇ ਕੰਮ ਕੀਤੇ ਅਤੇ ਐਜੂਕੇਸ਼ਨ ਦਾ ਰੇਟ ਉਦੋਂ 8ਵੇਂ ਨੰਬਰ 'ਤੇ ਪੰਜਾਬ ਆਇਆ ਜਦੋਂ 8ਵੇਂ ਨੰਬਰ 'ਤੇ ਆਇਆ ਤਾਂ ਅਸੀਂ ਚਲੋ ਆਪਦੀ ਜਿਹੜੀ ਐਨਰਜੀ ਹੈ ਪੋਜ਼ਿਟਿਵ ਐਨਰਜੀ ਬੱਚਿਆਂ ਨੂੰ ਦਿੰਦੇ ਰਹੇ ਸਕੂਲ ਨੂੰ ਦਿੰਦੇ ਰਹੇ ਗਵਰਨਮੈਂਟ ਉਹਦੇ ਉੱਤੇ ਡਿੰਗਾਂ ਵੀ ਮਾਰ ਰਹੀ ਸੀ ਕਦੇ 90ਵੇਂ ਨੰਬਰ 'ਤੇ ਆ ਗਿਆ ਕਦੇ 90ਵੇਂ ਨੰਬਰ 'ਤੇ ਆ ਗਿਆ ਚਲੋ ਸਾਨੂੰ ਸਾਡਾ ਹਿੱਸਾ ਨਹੀਂ ਮਿਲਿਆ ਜਿਹੜਾ ਕਿ ਰੈਗੂਲਰ ਜੋਬ ਸੀ ਇੱਕ ਸਾਨੂੰ ਨਹੀਂ ਦਿੱਤਾ ਪਰ ਜੇ ਅੱਜ ਤੁਸੀਂ ਅੰਕੜਿਆਂ ਦੀ ਗੇਮ ਕਰਦੇ ਹੋ ਅੱਜ ਆਪਾਂ ਕਹਿੰਦੇ ਹਾਂ ਪੰਜਾਬ ਪਹਿਲੇ ਨੰਬਰ 'ਤੇ ਆ ਗਿਆ ਸੂਬਾ ਅੱਜ ਇਹ ਟੋਟਲੀ ਐਕਚੁਅਲੀ ਅੰਕੜਿਆਂ ਦੀ ਗੇਮ ਹੈ ਇਹ ਤਾਂ ਅੰਡਰਸਟੂਡ ਹੈ ਪਿੱਛੇ COVID-19 ਵਰਲਡਵਾਈਡ ਇੱਕ ਪ੍ਰੋਬਲਮ ਆਈ ਜਿਹੜਾ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਈ ਉਹਦੇ ਤਹਿਤ ਸਕੂਲ ਬੰਦ ਰਹੇ ਤਾਂ ਸਕੂਲ ਜਦੋਂ ਬੱਚੇ ਦਾ ਅਤੇ ਸਕੂਲ ਦਾ ਕੰਟੈਕਟ ਟੁੱਟਿਆ ਤਾਂ ਬੱਚੇ ਮੇਨ ਸਟ੍ਰੀਮ ਕਹਿ ਲਓ ਕਿ ਸਕੂਲ 'ਚ ਆ ਹੀ ਨਹੀਂ ਰਹੇ ਅਸੀਂ ਉਹਨੂੰ ਟੀਚ ਨਹੀਂ ਕਰ ਰਹੇ ਜੇ ਕੀਤੀ ਤਾਂ ਔਨਲਾਈਨ ਸਟੱਡੀ ਕਰਵਾਈ ਅਤੇ ਔਨਲਾਈਨ ਦਾ ਤਾਂ ਮੈਡਮ ਇੱਕ ਕਲਾਸ ਦੇ ਵਿੱਚ ਪੜ੍ਹਨਾ ਬੱਚੇ ਦਾ ਅਤੇ ਇੱਕ ਔਨਲਾਈਨ ਪੜ੍ਹਨਾ ਬਹੁਤ ਫਰਕ ਹੈ ਹੁਣ ਜੋ ਵੀ ਹੈ ਇਹਦੇ ਵਿੱਚ ਜ਼ਿਆਦਾ ਵਿਖਾਵਾ ਹੈ ਇਸ ਟਾਈਮ 'ਚ ਹਾਂ ਜੇਕਰ ਇਹ ਜੈਨੂਨ ਗੱਲ ਕਰੀਏ ਸਾਡਾ ਇਸ ਦੇ ਵਿੱਚ ਯੋਗਦਾਨ ਬਹੁਤ ਹੈ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜੋ ਅਸੀਂ ਦਿੱਤਾ ਉਹ ਬਹੁਤ ਵੱਡੀ ਹੈ ਦੇਣ ਠੀਕ ਹੈ ਆਪਾਂ ਦੁਆਰਾ EGS ਅਤੇ ਐਜੂਕੇਸ਼ਨ ਪ੍ਰੋਵਾਈਡਰ ਵਾਲੀ ਗੱਲ 'ਤੇ ਆਵਾਂਗੇ ਪਰ ਇਸ ਤੋਂ ਪਹਿਲਾਂ ਮੈਨੂੰ ਦੱਸੋ ਕਿ ਐਜੂਕੇਸ਼ਨ ਗਰੰਟੀ ਸਕੀਮ ਐਜੂਕੇਸ਼ਨ ਸਿੱਖਿਆ ਪ੍ਰੋਵਾਈਡਰ ਸਕੀਮ 'ਚ ਇਹਦੇ ਅੰਦਰ ਐਨਰੋਲਮੈਂਟ ਨੰਬਰ ਬੱਚਿਆਂ ਦਾ ਸਕੂਲ ਦੇ ਵਿੱਚ ਅਤੇ ਡਰੋਪ ਆਊਟ ਰੇਟ ਬੱਚਿਆਂ ਦਾ ਇਹਦੇ 'ਤੇ ਕੋਈ ਫਰਕ ਪਿਆ
ਬਿਲਕੁਲ ਜੀ, ਬਹੁਤ ਪਿਆ। ਜਿਹੜੇ ਬੱਚੇ ਦੇਖੋ ਮੇਨ ਸਟ੍ਰੀਮ ਨਹੀਂ ਸੀਗੇ, ਚਾਹੇ ਉਹ ਭੱਠਿਆਂ 'ਤੇ ਆ ਕੰਮ ਕਰਨ ਵਾਲੇ, ਚਾਹੇ ਉਹ ਆਪਦੇ ਫਾਦਰ ਨਾਲ ਕਿਸੇ ਵੀ ਲੇਬਰ ਦੇ ਵਿੱਚ ਜਾ ਰਹੇ ਸੀਗੇ ਬੱਚੇ, ਅਸੀਂ ਉਹਨਾਂ ਨੂੰ ਲੈ ਕੇ ਆਏ। ਅਸੀਂ ਉਹਨਾਂ ਨੂੰ ਸਕੂਲ ਦੇ ਲਈ ਪ੍ਰੇਰਿਤ ਕੀਤਾ ਵੀ ਇੱਥੇ ਗਵਰਨਮੈਂਟ ਸਕੂਲ ਦੇ ਵਿੱਚ ਮੁਫਤ ਵਰਦੀਆਂ, ਮੁਫਤ ਖਾਣੇ ਮਿਲਦੇ ਆ, ਤੁਹਾਨੂੰ ਸਟੱਡੀ ਕਰਵਾਈ ਜਾਊਗੀ ਜਿਹਦੇ ਨਾਲ ਤੁਹਾਡਾ ਇਨ ਫਿਊਚਰ ਤੁਸੀਂ ਆਪਣਾ ਐਜੂਕੇਟ ਹੋ ਕੇ ਆਪਦਾ ਅਤੇ ਆਪਦੇ ਪਰਿਵਾਰ ਦਾ ਜਿਹੜਾ ਬਿਹਤਰ ਭਵਿੱਖ ਬਣਾ ਸਕਦੇ ਹੋ। ਉਹਦੇ ਨਾਲ ਨਾਲ ਸਾਨੂੰ ਘਰਾਂ ਤੋਂ ਫੜ ਫੜ ਕੇ ਬੱਚੇ ਲੈ ਕੇ ਆਏ ਸੀ, ਤਾਂ ਗਲੀਆਂ ਦੇ ਵਿੱਚ ਫਿਰਦੇ ਬੱਚੇ, ਈਵਨ ਕਿ ਆਪਦੇ ਕੰਮਾਂ ਤੋਂ ਹਟਾ ਹਟਾ ਕੇ ਬੱਚੇ ਲੈ ਕੇ ਆਏ। ਇਹ ਸਾਨੂੰ ਇੱਥੋਂ ਤੱਕ ਵੀ ਗੱਲਾਂ ਸੁਣਨੀਆਂ ਪਈਆਂ ਉਹਦੇ ਫਾਦਰ ਦੀਆਂ ਕਿ ਜੇ ਮੇਰਾ ਬੱਚਾ ਅੱਜ 15 ਸਾਲ ਦਾ ਬੱਚਾ ਜਾਂ 7 ਸਾਲ ਦਾ ਬੱਚਾ ਜਾਂ 8 ਸਾਲ ਦਾ ਬੱਚਾ ਤੁਸੀਂ ਲੈ ਕੇ ਜਾਂਦੇ ਹੋ, ਉਹਦੇ ਬੱਚੇ ਦੇ ਉਮਰ ਦੇ ਮੁਤਾਬਕ ਉਹਨੇ ਆਪਦੇ ਬੱਚੇ ਨੂੰ ਕੰਮ 'ਤੇ ਲਾਇਆ ਹੋਇਆ ਸੀਗਾ, ਤਾਂ ਜਿੰਨੀ ਲੇਬਰ ਉਹ ਕਹਿੰਦਾ ਵੀ ਮੈਨੂੰ ਉਧਰੋਂ ਮਿਲ ਰਹੀ ਹੈ ਤਾਂ ਓਨੀ ਜੇ ਤੁਸੀਂ ਦਿੰਦੇ ਹੋ ਤਾਂ ਲੈ ਜਾਓ ਬੱਚਾ। ਓਕੇ, ਪੈਸੇ ਮੰਗੇ, ਇਹ ਵੀ ਪੈਸੇ ਮੰਗੇ, ਅਤੇ ਅਸੀਂ ਆਖਿਆ ਜੀ ਇਹਦੇ ਬਦਲੇ 'ਚ ਤੁਹਾਨੂੰ ਐਜੂਕੇਸ਼ਨ ਦੇਵਾਂਗੇ ਜਿਹੜੀ ਕਿ ਅਣਮੁੱਲੀ ਹੈ। ਅਤੇ ਉਹਦੇ ਨਾਲ ਕੀ ਹੋਇਆ, ਜਿਹੜੀ ਇਨਰੋਲਮੈਂਟ ਹੈ ਗਵਰਨਮੈਂਟ ਸਕੂਲਾਂ ਦੇ ਵਿੱਚ ਵਧੀ, ਉਹ ਵੀ ਅਸੀਂ ਹੁਣ ਕੋਵਿਡ-19 ਦੇ ਹੁੰਦਿਆਂ ਐਡੀ ਵਰਲਡਵਾਈਡ ਪ੍ਰੋਬਲਮ ਚੱਲਦਿਆਂ 2 ਸਾਲ ਹੋ ਗਏ, ਅਸੀਂ ਡੋਰ ਟੂ ਡੋਰ ਜਾ ਕੇ ਬੱਚੇ ਲੈ ਕੇ ਆਏ। ਐਂਟੀਟੀ ਦੀ ਪੋਸਟ ਦੇ ਲਈ ਇੱਕ ਕਾਡਰ ਬਣਾਇਆ, ਉਹ ਜਿੰਨੇ ਵੀ ਐਂਟੀਟੀ ਦੇ ਵਿੱਚ ਬੱਚੇ ਇਹ ਅੱਜ ਸ਼ੋਅ ਕਰ ਰਹੇ ਹੈ, ਨਰਸਰੀ ਕਲਾਸਿਸ ਦੇ ਵਿੱਚ ਇੱਕ ਇੱਕ ਬੱਚੇ ਦਾ ਐਡਮਿਸ਼ਨ ਅਸੀਂ ਬਾਹਾਂ ਤੋਂ ਫੜ ਫੜ ਕੇ ਬੱਚੇ ਲੈ ਕੇ ਆਏ ਹਾਂ, ਤਾਂ ਹੋਇਆ। ਇੱਕ EGS ਹੋ ਗਿਆ, ਹਾਂਜੀ, ਇੱਕ ਐਜੂਕੇਸ਼ਨ ਪ੍ਰੋਵਾਈਡਰ ਹੋ ਗਿਆ, ਹੋਰ ਤੁਹਾਡੀ ਯੂਨੀਅਨ 'ਚ ਕਿਸ ਕੈਡਰ ਦੇ ਲੋਕ ਟੀਚਰਸ ਹੈਗੇ ਆ? IEV ਹੈ ਜੀ, IEV ਇਨਕਲੂਸਿਵ ਐਜੂਕੇਸ਼ਨ ਵਲੰਟੀਅਰ। ਠੀਕ ਹੈ ਜੀ। ਉਹਨਾਂ ਦਾ ਕੰਮ ਹੈਗਾ ਕਿ ਵੀ ਜਿਹੜੇ ਡਿਸੇਬਲ ਬੱਚੇ ਆ, ਵਿਸ਼ੇਸ਼ ਲੋੜਾਂ ਵਾਲੇ ਬੱਚੇ, ਠੀਕ ਹੈ ਜੀ, ਜਿਨ੍ਹਾਂ ਨੂੰ ਆਮ ਕਲਾਸਰੂਮ ਦੇ ਮਾਹੌਲ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਆਪਦੇ ਉਹਨਾਂ ਦੇ ਫਾਦਰ ਜਾਂ ਕਹਿ ਲਓ ਪੇਰੈਂਟਸ ਨਹੀਂ ਸੀ ਭੇਜਦੇ ਕਿ ਸਾਡੇ ਬੱਚੇ ਨੂੰ, ਫਾਰ ਐਗਜ਼ਾਮਪਲ ਕਿ ਉਹ ਵਿਸ਼ੇਸ਼ ਲੋੜ ਸੀ ਉਹਦੀ ਕਿ ਵੀ ਉਹਨੂੰ ਸੁਣਾਈ ਘੱਟ ਦਿੰਦਾ ਜਾਂ ਬੋਲ ਨਹੀਂ ਸਕਦਾ ਜਾਂ ਤੁਤਲਾ ਬੋਲਦਾ ਜਾਂ ਕੋਈ ਹੋਰ ਇੱਦਾਂ ਦੀ, ਤਾਂ ਉਹਨੂੰ ਉਹ ਸਹੂਲਤ ਨਹੀਂ ਮਿਲਦੀ, ਸਾਡਾ ਬੱਚਾ ਪੜ੍ਹ ਨਹੀਂ ਸਕੂਗਾ। ਬਟ ਇਹ ਜਦੋਂ ਵਲੰਟੀਅਰ ਭਰਤੀ ਕੀਤੇ ਤਾਂ ਉਹ ਵੀ ਅਸੀਂ ਸਕੂਲਾਂ ਦੇ ਵਿੱਚ ਲੈ ਕੇ ਆਏ। ਉਹਨਾਂ ਦੇ ਲਈ ਪੂਰੇ ਪੰਜਾਬ 'ਚ ਕੇਵਲ ਕਰੀਬ ਕਰੀਬ 1100-1200 ਟੀਚਰ ਹੈ ਜਿਹੜਾ ਕਿ ਉਹਨਾਂ ਨੂੰ, ਦੇਖੋ ਉਹ ਬੱਚਿਆਂ ਨੂੰ ਪੜ੍ਹਾਉਣਾ ਇੱਕ ਬਹੁਤ ਵੱਡਾ ਚੈਲੰਜ ਸੀਗਾ, ਸੇਵਾ ਵੀ ਆ, ਹਾਂ ਬਹੁਤ ਵੱਡੀ ਸੇਵਾ ਵੀ ਹੈ ਅਤੇ ਬਹੁਤ ਵੱਡਾ ਚੈਲੰਜ ਵੀ ਸੀਗਾ ਜਿਹੜਾ ਕਿ ਖਿੜੇ ਮੱਥੇ ਸਵੀਕਾਰ ਕੀਤਾ। ਇਸ ਤੋਂ ਇਲਾਵਾ ਹੋਰ ਵੀ ਜਿਵੇਂ ਕਹਿ ਲਓ ਇਨਰੋਲਮੈਂਟ ਵੀ ਵਧੀਆ ਹੈ, ਹੋਰ ਵੀ ਉਹ ਬੱਚੇ ਈਵਨ ਕਿ ਐਜੂਕੇਸ਼ਨ ਨਾਲ ਕਦੇ ਉਹ ਸੰਬੰਧ ਨਹੀਂ ਸੀ ਰੱਖ ਸਕਦੇ, ਉਹ ਬੱਚੇ ਕਦੇ ਐਜੂਕੇਟ ਹੋ ਹੀ ਨਹੀਂ ਸੀ ਸਕਦੇ ਜਾਂ ਸਕੂਲ ਤੋਂ ਪਾਸੇ ਹੀ ਰਹਿ ਜਾਣਾ ਸੀ, ਉਹਨਾਂ ਬੱਚਿਆਂ ਨੂੰ ਸਕੂਲ ਤੱਕ ਲਿਆ ਕੇ ਮੇਨ ਸਟ੍ਰੀਮ ਕਰਾਇਆ, ਮੇਨ ਸਟ੍ਰੀਮ ਕੀਤਾ ਅਤੇ ਐਜੂਕੇਸ਼ਨ ਦਿੱਤੀ, ਉਹ ਸਿਰਫ ਕੱਚੇ ਅਧਿਆਪਕਾਂ ਨੇ ਦਿੱਤੀ। ਹੋਰ 2 ਜਥੇਬੰਦੀਆਂ ਰਹਿ ਗਈਆਂ ਵਿੱਚੋਂ ਆਉਣ ਵਾਲੀਆਂ ਜੀ, ਉਹ ਹੈਗੇ ਆ IEV ਅਤੇ STR। STR ਸੀਗੇ ਜਿਹੜੇ, ਇਹਨਾਂ ਦੀ ਗਿਣਤੀ ਐਕਚੁਅਲੀ ਇਹਨਾਂ ਦਾ EGS ਬੇਸਿਕਲੀ ਸੀ, ਤਾਂ ਅੱਗੇ ਜਾ ਕੇ ਨਾਮ ਬਦਲਿਆ। ਇਹਨਾਂ ਦੇ ਸੈਂਟਰ ਚੱਲੇ 2010 ਤੋਂ ਲੈ ਕੇ ਕਰੀਬ ਅਤੇ 11 ਤੱਕ ਚੱਲੇ, ਰਿਕਰੂਟ ਹੋਏ, ਕੰਮ ਇਹਨਾਂ ਦਾ ਵੀ ਉਹੀ ਸੀ, ਇਹਨਾਂ ਵਲੰਟੀਅਰਸ ਦਾ ਵੀ ਕੰਮ ਉਹੀ ਸੀ ਕਿ ਵੀ ਉਹ ਮੇਨ ਸਟ੍ਰੀਮ ਕਰੋ ਬੱਚਿਆਂ ਨੂੰ ਜਿਹੜੇ ਅਜੇ ਤੱਕ ਵੀ ਨਹੀਂ ਆ ਸਕੇ, ਮਤਲਬ ਜਿਹੜੇ ਬੱਚੇ ਕਿਉਂਕਿ ਮੇਨ ਸਪੈਸ਼ਲ ਬੱਚੇ ਆ, ਹਾਂਜੀ ਸਪੈਸ਼ਲ ਨਹੀਂ ਜੀ, ਐਕਚੁਅਲੀ ਜਿਹੜੇ ਬੱਚੇ ਇਹ ਉਹ ਬੱਚੇ ਸੀ ਵੀ ਜਿਹੜੇ ਵਿਰਵੇ ਸੀ, ਜਿਹੜੇ ਕਿ ਆਊਟ ਆਫ ਸਕੂਲ ਸੀਗੇ, ਤਾਂ ਸਕੂਲ ਤੋਂ ਬਾਹਰਲੇ ਬੱਚਿਆਂ ਨੂੰ ਮੇਨ ਸਟ੍ਰੀਮ ਕਰਨ ਦੇ ਲਈ ਜਿੱਥੇ ਹੁਣ EGS ਨੇ ਜਿਹੜਾ ਕੰਮ ਕੀਤਾ, EGS ਤੋਂ ਬਾਅਦ ਉਹ ਬੱਚੇ ਜਦੋਂ ਮੇਨ ਸਟ੍ਰੀਮ ਕਰ ਲਏ ਤਾਂ ਉਹਨੂੰ ਐਜੂਕੇਟ ਕਰਨਾ ਵੀ, ਉਹ ਸਟੱਡੀ ਕਰਵਾਈ ਉਨਾ ਹੀ ਟੀਚਰਾਂ ਨੇ, ਤਾਂ ਉਹ ਉੱਥੇ ਆਲਰੇਡੀ ਕਲਾਸਿਸ ਦੇ ਵਿੱਚ ਬਿਜ਼ੀ ਹੋ ਗਏ, ਉਸ ਤੋਂ ਬਾਅਦ ਫੇਰ ਲੋੜ ਮਹਿਸੂਸ ਹੋਈ ਇਹਨਾਂ ਨੂੰ STR 'ਤੇ, ਉਹ IEV ਦੁਬਾਰਾ ਰਿਕਰੂਟ ਕੀਤੇ ਤਾਂ ਉਹਨਾਂ ਨੂੰ ਫਿਰ ਉਸੇ ਕੰਮ ਲਈ ਲਾਇਆ, ਫਿਰ ਉਹਨਾਂ ਨੂੰ ਮੇਨ ਸਟ੍ਰੀਮ ਕੀਤਾ ਬੱਚਿਆਂ ਨੂੰ, ਤਾਂ ਫਿਰ ਉਹ ਕੰਟੀਨਿਊ ਕਲਾਸਾਂ ਲਾਉਣ ਲੱਗੇ। ਅਤੇ ਜਦੋਂ ਤੁਹਾਨੂੰ ਰਿਕਰੂਟ ਕੀਤਾ ਗਿਆ ਤੁਹਾਡੀ ਯੂਨੀਅਨ ਦੇ ਹਰ ਇੱਕ ਮੈਂਬਰ ਨੂੰ, ਅਤੇ ਉਸ ਟਾਈਮ ਤੁਹਾਨੂੰ ਕੱਚੇ ਪਰ ਟੈਂਪਰੇਰੀ ਤੌਰ 'ਤੇ ਹੀ ਰਿਕਰੂਟ ਕੀਤਾ ਗਿਆ ਸੀਗਾ, ਮਤਲਬ ਇੱਦਾਂ ਦਾ ਕੋਈ ਪ੍ਰੋਮਿਸ ਉਸ ਟਾਈਮ ਹੋਇਆ ਸੀ ਜਦੋਂ ਤੁਹਾਨੂੰ ਰਿਕਰੂਟ ਕੀਤਾ ਗਿਆ ਕਿ ਕਿੰਨੀ ਤਨਖਾਹ ਮਿਲਦੀ ਸੀ ਤੁਹਾਨੂੰ? ਪ੍ਰੋਮਿਸ ਤਾਂ ਕੋਈ ਨਹੀਂ ਸੀਗਾ ਜੀ, ਅਤੇ ਤਨਖਾਹ ਸੀ ਸਾਡੀ ਜਿਹੜੀ ਮਤਲਬ 2500 ਤੋਂ ਸ਼ੁਰੂ ਹੋਈ ਸੀਗੀ। ਅੱਛਾ ਜੀ। 2500 ਤੋਂ ਅਲੱਗ ਅਲੱਗ ਤਰੀਕੇ ਦੇ ਮਤਲਬ ਟੀਚਰ ਜਿਵੇਂ BSc ਜਿਹੜੇ ਸਿਰਫ ਉਹਨਾਂ ਨੂੰ 2500 ਮਿਲੀ, BA BEd ਨੂੰ 3000 ਮਿਲਿਆ, ਅਤੇ MA BEd ਨੂੰ ਜਿਹੜਾ 3500 ਮਿਲਿਆ। ਅਤੇ ਅੱਜ ਦੀ ਡੇਟ 'ਚ ਤੁਹਾਨੂੰ ਕੀ ਮਿਲਦਾ? ਅੱਜ ਦੀ ਡੇਟ 'ਚ ਸਾਨੂੰ 11000 ਮਿਲਦਾ, ਅਤੇ ਜਿਹੜੇ ਨਾਲ ਦੇ ਸਾਡੇ ਟੀਚਰ ਨੇ ਇਹ EGS STR IEV ਇਹਨਾਂ ਨੂੰ 5500 ਰੁਪਏ ਦੇ ਕਰੀਬ ਮਿਲਦਾ। ਅਤੇ ਜਿਹੜੀ ਮੈਡਮ ਤੁਸੀਂ ਪ੍ਰੋਮਿਸ ਦੀ ਗੱਲ ਕੀਤੀ ਹੈ, ਪ੍ਰੋਮਿਸ ਤਾਂ ਦੇਖੋ ਡੈਮੋਕ੍ਰੇਸੀ ਹੈ, ਅਸੀਂ ਪ੍ਰੋਮਿਸ ਨਾ ਹੋਣ ਦੇ ਬਾਵਜੂਦ ਵੀ ਆਪਦਾ ਰਾਈਟ ਉਸ ਸਮੇਂ ਰੱਖਦੇ ਹਾਂ ਕਿ ਅਸੀਂ ਐਜੂਕੇਟਡ, ਗਵਰਨਮੈਂਟ ਦੇ ਸਕੂਲਾਂ ਨੂੰ ਟੀਚਰ ਦੀ ਲੋੜ, ਟੀਚਰ ਆਲਰੇਡੀ ਅਸੀਂ ਸਕੂਲਾਂ ਦੇ ਵਿੱਚ, ਅਤੇ ਉਹ ਵੀ ਐਕਸਪੀਰੀਅੰਸ ਪਲੱਸ ਐਜੂਕੇਸ਼ਨ, 2 ਚੀਜ਼ਾਂ ਸਾਡੇ ਕੋਲ, ਤਾਂ ਫਿਰ ਅਸੀਂ ਰਾਈਟ ਰੱਖਦੇ ਹਾਂ।
ਤੁਸੀਂ ਕਿੰਨੀ ਗਿਣਤੀ ਆ ਤੁਹਾਡੀ ਕੱਚੇ ਅਧਿਆਪਕਾਂ ਦੀ? ਨੀਅਰ ਅਬਾਊਟ 13,000 ਹੈ ਜੀ ਪੰਜਾਬ ਦੇ ਵਿੱਚ। ਅਤੇ ਤੁਸੀਂ ਆਮ ਸਕੂਲਾਂ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਆ? ਬਿਲਕੁਲ ਜੀ। ਜਿਹੜੇ ਪੱਕੇ ਅਧਿਆਪਕ ਆ ਉਹਨਾਂ ਦੇ ਨਾਲ ਹੀ? ਬਿਲਕੁਲ ਜੀ। ਉਹਨਾਂ ਦੀ ਤਨਖਾਹ ਅਤੇ ਤੁਹਾਡੀ ਤਨਖਾਹ ਦਾ, ਉਹਨਾਂ ਦੀ ਤਨਖਾਹ ਕਿੰਨੀ ਹੈ? ਦੇਖੋ ਮੈਡਮ, ਉਹਨਾਂ ਦਾ ਗ੍ਰੇਡ ਪੇ ਹੈ, ਜਿਵੇਂ ਹੁਣ 4200 ਦਾ ਗ੍ਰੇਡ ਪੇ ਹੈਗਾ ਈ ਟੀ ਟੀ ਦਾ, 4500 ਐੱਚ ਟੀ ਦਾ, ਇਸੇ ਤਰ੍ਹਾਂ ਕਰਕੇ ਮਾਸਟਰ ਕਾਡਰ ਦਾ 5000 ਦਾ ਹੈ। ਤਾਂ ਮਤਲਬ ਗ੍ਰੇਡ ਪੇ ਦੇ ਉੱਤੇ ਲੱਗਿਆ, ਕਰੀਬ ਨੀਅਰ ਅਬਾਊਟ ਜੇ ਕਹੀਏ ਗੱਲ ਤਾਂ 60 ਤੋਂ ਪਲੱਸ ਹੈ ਸਾਰੇ। ਉਹਨਾਂ ਨੂੰ 60,000 ਪਲੱਸ ਤਨਖਾਹ ਮਿਲਦੀ ਹੈ, ਤੁਹਾਨੂੰ ਮਿਲਦੀ ਹੈ 5500 ਤੋਂ ਲੈ ਕੇ 10-11 ਤੱਕ। ਅਤੇ ਕੰਮ ਦੀ ਜੋਬ ਰਿਸਪੋਂਸੀਬਿਲਿਟੀ ਦਾ ਕੀ ਫਰਕ ਹੈ? ਜੋਬ ਰਿਸਪੋਂਸੀਬਿਲਿਟੀ ਦੀ ਮੈਡਮ ਗੱਲ ਇਹ ਆ ਕਿ ਵੀ ਜਦੋਂ ਸੇਮ ਇਕੁਅਲ ਵਰਕ ਇਕੁਅਲ ਪੇ ਜਦੋਂ ਅਸੀਂ ਟੀਚ ਕਰਦੇ ਹਾਂ, ਅਸੀਂ ਬਰਾਬਰ ਕਲਾਸਾਂ ਲੈਂਦੇ ਹਾਂ, ਐਜੂਕੇਸ਼ਨ ਪ੍ਰੋਵਾਈਡਰ ਖਾਸ ਕਰਕੇ ਫਸਟ ਤੋਂ ਲੈ ਕੇ ਫਿਫਥ ਤੱਕ ਜਾਂ ਸੈਕੰਡਰੀ ਜਾਂ ਈਵਨ ਕਿ ਮਾਸਟਰ ਕਾਡਰ ਵੀ, ਉੱਥੇ ਜੋ ਟੀਚ ਕਰਦੇ ਉਹ ਉਸੇ ਸਬਜੈਕਟ ਦੀ ਟੀਚਿੰਗ ਦਿੰਦੇ ਆ ਵੀ ਜਿਹੜਾ ਉਹਨਾਂ ਕੋਲ ਆਪਦਾ ਕੰਬੀਨੇਸ਼ਨ ਹੈ। ਅਤੇ ਜੇ ਅਸੀਂ ਮੋਸਟਲੀ ਸਾਡੇ ਜਿਹੜੇ 90% ਲੋਕ ਨੇ ਉਹ ਪ੍ਰਾਇਮਰੀ ਸਕੂਲਾਂ ਵਿੱਚ ਟੀਚ ਕਰਦੇ ਆ, ਉਹ ਵੀ ਸੇਮ ਕਲਾਸਾਂ ਲੈਂਦੇ ਆ ਅਤੇ ਸੇਮ ਸਾਡੇ ਉੱਤੇ ਰਿਜ਼ਲਟ ਪੈਂਦੇ ਆ। ਸਾਰਾ ਕੰਮ ਸੇਮ ਹੈ ਬਟ ਇਕੱਲੀ ਤਨਖਾਹ ਹੀ ਸੇਮ ਨਹੀਂ। ਈਵਨ ਕਿ ਸਾਡੇ BLO ਡਿਊਟੀ ਹੈ, ਬਲੋਕ ਲੈਵਲ ਆਫਿਸਰ ਹੈ, ਇਲੈਕਸ਼ਨ ਡਿਊਟੀ ਹੈ, ਮਿਡ ਡੇ ਮੀਲ ਦੇ ਕੰਮ ਹੋ ਗਏ ਜਾਂ ਹੋਰ ਜੋ ਵੀ ਹੈ, ਸਾਰੀਆਂ ਬਰਾਬਰ ਡਿਊਟੀਜ਼ ਕਰ ਰਹੇ ਹਾਂ ਅਸੀਂ। ਇੰਨੀ ਤਨਖਾਹ 'ਚ ਫਿਰ ਘਰ ਕਿੱਦਾਂ ਚੱਲਦੇ ਆ? 6500 ਅਤੇ 10,000 ਦੇ ਵਿੱਚ ਘਰ ਚੱਲਣਾ, ਪੂਰਾ ਪਰਿਵਾਰ ਚੱਲਣਾ, ਇਹ ਤਾਂ ਇਹ ਸੀਗਾ ਜੀ ਇੱਕ ਉਮੀਦ ਹੈਗੀ ਆ ਉਸ ਸਮੇਂ ਤੋਂ ਚੱਲੀ ਆ ਰਹੀ ਹੈ ਇੱਕ ਵੀ ਸਾਡੀ ਜੋਬ ਰੈਗੂਲਰ ਹੋਊਗੀ। ਜੇ ਅਸੀਂ ਪਰਿਵਾਰ ਦੀ ਗੱਲ ਕਰੀਏ, ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੈ, 5000 ਦੇ ਵਿੱਚ ਇੰਨੀ ਮਹਿੰਗਾਈ ਹੈ। ਜਿਨ੍ਹਾਂ ਦਾ ਪਾਰਟ ਟਾਈਮ ਕੋਈ ਹੋਰ ਕੰਮ ਹੈ ਜਾਂ ਕਹਿ ਲਓ ਵੀ ਉਹਨਾਂ ਦੀ ਫੈਮਿਲੀ ਦੀ ਕੋਈ ਇਨਕਮ ਹੋਰ ਹੈ, ਸੋਰਸਿਸ ਹੋਰ ਨੇ, ਤਾਂ ਉਹਨਾਂ ਦਾ ਕੁਝ ਨਾ ਕੁਝ ਗੁਜ਼ਾਰਾ ਸੌਖਾ ਹੋ ਜਾਂਦਾ। ਜੇ ਅਸੀਂ ਹੈਂਡ ਟੂ ਮਾਊਥ ਲੋਕਾਂ ਦੀ ਗੱਲ ਕਰੀਏ, ਸਾਡੇ ਵਿੱਚ 13,000 ਦੇ ਵਿੱਚੋਂ ਉਹ ਲੋਕ ਜਿਹੜੇ ਹੈਂਡ ਟੂ ਮਾਊਥ ਨੇ ਸਰ, ਉਹਨਾਂ ਨੂੰ ਪਾਰਟ ਟਾਈਮ ਆਪਦੇ ਲੈਵਲ ਤੋਂ ਹਟ ਕੇ ਨੀਵੇਂ ਲੈਵਲ ਦੇ ਕੰਮ ਕਰਨੇ ਪੈਂਦੇ ਆ। ਫਾਰ ਐਗਜ਼ਾਮਪਲ ਕਿ ਲੇਡੀਜ਼ ਬਹੁਤ ਸਾਰੀਆਂ ਇੱਦਾਂ ਦੀਆਂ ਵੀ ਹੈ ਵੀ ਜਿਹੜੇ ਕਿਸੇ ਦੇ ਹੋਰ ਘਰਾਂ 'ਚ ਜਾ ਕੇ ਕੰਮ ਕਰਨੇ। ਅਤੇ ਇੱਕ ਟੀਚਰ ਦੇ ਲਈ ਦੇਖੋ, ਹੁਣ ਮੈਂ ਸਾਰੀ ਗੱਲ ਐਕਸਪਲੇਨ ਨਹੀਂ ਕਰ ਸਕੂੰਗਾ, ਬਟ ਉਹ ਉਹਨਾਂ ਦੇ ਲੈਵਲ ਦੇ ਕੰਮ ਨਹੀਂ ਹੈਗੇ ਜਿਹੜੇ ਉਹਨਾਂ ਨੂੰ ਕਰਨੇ ਪੈ ਰਹੇ, ਕਿਉਂਕਿ ਸਕੂਲ ਦੇ ਵਿੱਚ ਜਦੋਂ ਤੁਹਾਡੀ ਸਕੂਲ ਤੋਂ ਕੰਮ ਕਰਕੇ ਤੁਸੀਂ ਘਰ ਆ ਗਏ ਟੀਚਰ, ਤੁਹਾਡੀ ਡਿਊਟੀ ਖਤਮ ਨਹੀਂ ਹੋ ਜਾਂਦੀ, ਬਾਅਦ ਵਿੱਚ ਵੀ ਤਿਆਰੀ ਕਰਨੀ ਪੈਂਦੀ ਹੈ ਅਗਲੇ ਦਿਨ ਦੀ ਪੜ੍ਹਾਈ ਦੀ ਅਤੇ ਹੋਰ ਵੀ ਬਹੁਤ ਬੱਚਿਆਂ ਦੇ ਲਈ ਅਸਾਈਨਮੈਂਟਸ ਐਂਡ ਹੋਮਵਰਕ ਐਂਡ ਕਲਾਸ ਵਰਕ ਦੀ ਤਿਆਰੀ, ਫਿਰ ਉਹ ਟੀਚਰਸ ਨੂੰ ਕਦੋਂ ਟਾਈਮ ਮਿਲਦਾ ਹੈ ਕਰਨ ਦੇ ਲਈ? ਵਰਕਲੋਡ ਤਾਂ ਸਾਰਾ ਹੀ ਸੇਮ ਹੈ ਜੀ। ਜੇਕਰ ਐਗਜ਼ਾਮ ਚੱਲੇ, ਫਾਰ ਐਗਜ਼ਾਮਪਲ ਰਿਜ਼ਲਟ ਬਣਾਉਣੇ ਬੱਚਿਆਂ ਦੇ ਜਾਂ ਹੋਰ ਓਵਰ ਟਾਈਮ ਲਾਉਣਾ ਪੈਂਦਾ, ਤਾਂ ਉਹ ਕੰਮ ਪ੍ਰਾਇਓਰਟੀ ਬੇਸਡ ਤਾਂ ਸਾਨੂੰ ਸਕੂਲ ਦਾ ਹੀ ਪਹਿਲਾਂ ਕਰਨਾ ਪੈਂਦਾ। ਤਾਂ ਉਸ ਤੋਂ ਹਟ ਕੇ ਜਿਹੜਾ ਆਪਦੇ ਫੈਮਿਲੀ ਦੇ ਰੁਜ਼ਗਾਰ ਨੂੰ ਚਲਾਉਣ ਦੇ ਲਈ ਅੱਗੇ ਕੰਮ ਕਰਨਾ, ਉਹ ਟੀਚਰ ਆਪਦਾ ਪਾਰਟ ਟਾਈਮ ਟਾਈਮ ਕੱਢਦਾ ਹੈ ਤਾਂ ਕਿ ਗੁਜ਼ਾਰਾ ਹੋ ਸਕੇ। ਇਸ ਡਿਸੀਜ਼ਨ 'ਤੇ ਤੁਸੀਂ ਕਦੋਂ ਪਹੁੰਚੇ ਕਿ ਹਾਂਜੀ ਹੁਣ ਅਸੀਂ ਸਿੱਖਿਆ ਬੋਰਡ ਦੀ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਛੱਤ ਮੱਲ ਕੇ ਬਹਿ ਜਾਣੀ ਹੈ? ਇਸ ਦੇ ਵਿੱਚ ਮੈਡਮ ਇਹ ਸੀਗਾ, ਐਕਚੁਅਲੀ ਸਾਡੇ ਮੋਸਟਲੀ ਬੇਸਿਕਲੀ ਜਿਹੜੀ ਇੱਕ ਮਿਨੀਮਮ ਕੁਆਲੀਫਿਕੇਸ਼ਨ ਹੁੰਦੀ ਹੈ ਟੀਚਰ ਦੇ ਲਈ, ਅਸੀਂ ਉਹ ਪੂਰੀ ਕਰਦੇ ਸੀ ਪਹਿਲਾਂ ਵੀ, ਤਾਂ ਗਵਰਨਮੈਂਟ ਨੇ ਇਹ ਕਹਿ ਲਓ ਹੁਲਝਾਉਣ ਦੇ ਲਈ ਹੁਣ ਨਰਸਰੀ ਦੇ ਲਈ ਇੱਕ ਡਿਪਲੋਮਾ ਕਰਵਾਇਆ। ਪਰ ਤੁਸੀਂ MA BA ਤੁਹਾਡੀ ਕੁਆਲੀਫਿਕੇਸ਼ਨ ਤਾਂ ਮਾਸਟਰ ਕੈਡਰ ਵਿੱਚ ਹੈ। ਮਾਸਟਰ ਕੈਡਰ ਚ ਜੀ 6 MA ਕੀਤੀਆਂ ਪਲੱਸ ਟੈਟ ਕਲੀਅਰ ਹੈ 112 ਨੰਬਰ ਨਾਲ। ਤੁਸੀਂ 6 MA ਪੜ੍ਹੇ ਹੋਏ ਹੋ ਬਿਲਕੁਲ ਹੈ ਨਾ। ਹੁਣ ਉਹ ਡਿਪਲੋਮਾ ਕਰਨਾ ਕਿ ਵੀ ਜਿਹੜਾ +2 ਤੋਂ ਬਾਅਦ ਹੁੰਦਾ ਹੈ। ਓਕੇ, ਉਹ ਕਰਿਆ ਸਾਰੇ ਟੀਚਰਾਂ ਨੇ ਕਰਿਆ। ਇਹ ਸਰਕਾਰ ਦੀਆਂ ਹਦਾਇਤਾਂ ਸੀ ਤੁਹਾਨੂੰ? ਸਰਕਾਰ ਦੀਆਂ ਹਦਾਇਤਾਂ ਸੀ ਬਿਲਕੁਲ, ਵੀ ਆਹ ਡਿਪਲੋਮਾ ਕਰੋ, ਅਸੀਂ ਤੁਹਾਨੂੰ ਇਸ ਕੈਡਰ ਦੇ ਵਿੱਚ ਰੈਗੂਲਰ ਕਰਾਂਗੇ। ਉੱਪਰਲੇ ਸਾਰੇ ਕੈਡਰ ਛੱਡੇ, ETT ਛੱਡੀ, ਮਾਸਟਰ ਕੈਡਰ ਛੱਡਿਆ, ਲੈਕਚਰਰ ਛੱਡਿਆ, ਸਾਰੇ ਛੱਡੇ। ਇਹਨਾਂ ਨੇ ਕਿਹਾ ਸੀ ਨਰਸਰੀ ਕਲਾਸਿਸ, ਕਿਉਂਕਿ 2016 ਦੀ ਸਕੀਮ ਸੀ MHRD ਦੀ, ਜਵੇੜਕਰ ਜੀ ਦੀ ਉਸ ਸਮੇਂ, ਕਿ ਨਰਸਰੀ ਕਲਾਸਾਂ ਚਲਾਉਣੀਆਂ, ਤਾਂ ਉਸ ਦੇ ਤਹਿਤ ਇਹਨਾਂ ਨੂੰ ਨਰਸਰੀ ਕਲਾਸਾਂ ਚਲਾਉਣੀਆਂ ਪਈਆਂ। ਫਿਰ ਇਹਨਾਂ ਨੇ ਸੋਚਿਆ ਵੀ ਆਪਾਂ ਨੂੰ ਸਟਾਫ ਦੀ ਤਾਂ ਲੋੜ ਪੈਣੀ ਹੋਈ ਹੈ, ਤਾਂ ਅਸੀਂ ਇਹਨਾਂ ਟੈਂਪਰੇਰੀ ਟੀਚਰਾਂ ਨੂੰ ਉੱਥੇ ਰੈਗੂਲਰ ਕਰ ਦਿਆਂਗੇ। ਚਲੋ ਉਹ ਹੋਇਆ, 8,893 ਪੋਸਟਾਂ ਵੀ ਆ ਗਈਆਂ, ਸਾਨੂੰ ਇਹ ਡਿਪਲੋਮਾ ਕਰਨ ਲਾਤਾ।
ਡਿਪਲੋਮਾ ਕਰਨ ਦੇ ਨਾਲ ਨਾਲ ਆ ਪਿੱਛੇ ਹੁਣ 3-4 ਮਹੀਨੇ ਪਹਿਲਾਂ ਸਾਡਾ ਉਹ ਡਿਪਲੋਮਾ ਸਾਰੇ ਟੀਚਰਾਂ ਦਾ ਪੂਰਾ ਹੋ ਗਿਆ। ਅਸੀਂ ਇਸ ਸਮੇਂ ਤੱਕ ਚੁੱਪ ਰਹੇ ਵੀ ਅਸੀਂ ਸੋਚਿਆ ਵੀ ਸਾਨੂੰ ਰੈਗੂਲਰ ਜੋਬ ਨਾਲ ਮਤਲਬ ਹੈ, ਚਲੋ ਕਾਡਰ ਜੇ ਨਹੀਂ ਵੀ ਸਾਡੇ ਐਜੂਕੇਸ਼ਨ ਦੇ ਲੈਵਲ ਦਾ ਮਿਲ ਰਿਹਾ ਤਾਂ ਅਸੀਂ ਕੰਪਰੋ ਕੀਤਾ, ਆਪਦੀ ਯੋਗਤਾ ਦੇ ਨਾਲ ਕੰਪਰੋ ਕੀਤਾ, ਆਪਦੇ ਹਾਲਾਤਾਂ ਨਾਲ ਕੰਪਰੋ ਕੀਤਾ ਕਿ ਵੀ ਸਾਨੂੰ ਨਰਸਰੀ 'ਚ ਹੀ ਕਰ ਦਿਓ। ਅਤੇ ਨਰਸਰੀ 'ਚ ਕਰਨ ਦੇ ਲਈ ਵੀ ਇਹਨਾਂ ਨੇ ਜੋ 8,893 ਪੋਸਟਾਂ ਕੱਢੀਆਂ, ਸਾਡੇ ਟੀਚਰਾਂ ਦੀ ਗਿਣਤੀ 13,000। ਤਾਂ ਅਸੀਂ ਜਦੋਂ ਹੁਣ ਤੁਸੀਂ ਕਿਹਾ ਜਿਹੜਾ ਛੱਤ ਤੱਕ ਪਹੁੰਚਣ ਦਾ ਸਫ਼ਰ, ਅਸੀਂ 3 ਵਾਰ ਇਹਨਾਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਤਾਂ ਕਿ 8,893 ਪੋਸਟਾਂ ਜਿਹੜੀਆਂ ਆਈਆਂ। ਓਪਨ ਭਰਤੀ ਉਹਦੇ ਵਿੱਚ ਕੀ ਹੈ ਵੀ 1,00,000 ਦੇ ਕਰੀਬ ਐਪਲੀਕੈਂਟ ਬਾਹਰੋਂ ਆਏ। ਤਾਂ ਅਸੀਂ ਸਾਡੇ ਲਈ ਉਹ ਵਿਸ਼ੇਸ਼ ਕੀ ਰਹੀ ਜਿਹੜਾ ਕਿ ਸਾਨੂੰ ਇੰਨਾ ਸਮਾਂ ਟਪਾਉਣ ਤੋਂ ਬਾਅਦ ਵੀ ਸਾਡੇ ਲਈ ਉਹ ਭਰਤੀ ਕੱਢੀ, ਅਤੇ ਉਹ ਵੀ ਆਊਟਸਾਈਡਰ ਦੇ ਨਾਲ ਸਾਡੀ ਫਾਈਟ। ਹੁਣ PT ਊਸ਼ਾ ਆਪਦੇ ਸਮੇਂ ਦੌੜਾਕ ਸੀਗੀ ਕਿ ਹਿਮਾ ਦਾਸ ਨਾਲ ਨਹੀਂ ਭੱਜ ਸਕੂਗੀ, ਪਰ ਅਸੀਂ ਇਹ ਸੋਚਿਆ ਵੀ ਜੇ ਅਸੀਂ ਫਰੈਸ਼ਰ ਨਾਲ ਮੁਕਾਬਲਾ ਕਰਨਾ ਸੀ ਤਾਂ ਸਾਨੂੰ 2008 ਦੇ ਵਿੱਚ ਹੀ ਲੈ ਲੈਂਦੇ। ਨਹੀਂ, ਤੁਹਾਨੂੰ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਇਹ 8,893 ਪੋਸਟਾਂ ਬਿਲਕੁਲ ਪ੍ਰੋਮਿਸ ਤੁਹਾਡੇ ਲਈ ਕੱਢਾਂਗੇ, ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਪੱਕੇ ਕੀਤਾ ਜਾਊਗਾ? ਬਿਲਕੁਲ ਵਾਅਦਾ ਕੀਤਾ ਸੀ, ਕਹਿੰਦੇ 8,893 ਮਤਲਬ 8,893 ਤਾਂ ਪੋਸਟਾਂ ਆਈਆਂ, ਬਟ ਹੁਣ ਨਰਸਰੀ ਕਲਾਸਿਸ ਆਲਰੇਡੀ ਸਾਰੇ ਸਕੂਲਾਂ ਚੱਲਦੀਆਂ। ਇਹ ਵੀ ਇੱਕ ਗੁੱਡ ਲੱਕ ਕਹਿ ਲਓ ਵੀ ਜਿੰਨੇ ਸਾਡੇ ਟੈਂਪਰੇਰੀ ਟੀਚਰ ਉਹਨੇ ਪੰਜਾਬ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੀ ਗਿਣਤੀ 13,000 ਦੇ ਨੀਅਰ ਅਬਾਊਟ ਸਕੂਲ, 13,000 ਦੇ ਨੀਅਰ ਅਬਾਊਟ ਸਾਡੇ ਟੈਂਪਰੇਰੀ ਟੀਚਰ। ਤਾਂ ਹਰੇਕ ਸਕੂਲ ਦੇ ਵਿੱਚ ਇੱਕ ਪੋਸਟ ਬਣਦੀ ਹੈ ਆਲਰੇਡੀ। ਇਹਨਾਂ ਨੇ ਚਲੋ ਸੋਚਿਆ ਵੀ ਇਨਰੋਲਮੈਂਟ ਦੇ ਮੁਤਾਬਕ ਇੱਕ ਵਾਰ 8,893 ਪੋਸਟ ਕੱਢਦੇ ਹਾਂ। ਤਾਂ ਉਹਦੇ ਉੱਤੇ ਜਦੋਂ ਐਪਲੀਕੇਸ਼ਨਾਂ ਲੱਗੀਆਂ, 1,00,000 ਐਪਲੀਕੇਸ਼ਨ ਲੱਗ ਗਈ, ਤਾਂ ਅਸੀਂ ਇਸ ਸਮੇਂ ਦੇ ਦੌਰਾਨ, ਕਿਉਂਕਿ 4 ਮਹੀਨੇ ਪਹਿਲਾਂ ਸਾਡਾ ਡਿਪਲੋਮਾ ਉਹ ਖਤਮ ਹੋਇਆ, ਅਸੀਂ 3-4 ਵਾਰ ਕੋਸ਼ਿਸ਼ ਕੀਤੀ ਵੀ ਮੀਟਿੰਗ ਕਰਕੇ ਗੌਰਮੈਂਟ ਨਾਲ ਗੱਲ ਕਰੀਏ ਵੀ ਇਹ ਤਾਂ ਓਪਨ ਭਰਤੀ ਹੈ। ਤਾਂ ਇਹਨਾਂ ਨੇ ਸਾਨੂੰ ਮੀਟਿੰਗ ਵੀ ਦਿੱਤੀ DC ਸੰਗਰੂਰ, DC ਪਟਿਆਲਾ ਨੇ, ਅਤੇ ਸਾਨੂੰ ਰਿਟਨ ਲੈਟਰ ਦਿੱਤੀ ਵੀ ਇਸ ਦਿਨ 'ਤੇ ਤੁਹਾਡੀ ਜਿਹੜੀ ਹੈਗੀ ਆ ਮੀਟਿੰਗ ਹੈ ਗੌਰਮੈਂਟ ਦੇ ਨਾਲ, ਤੁਸੀਂ ਆਪਦੀ ਗੱਲ ਕਰ ਸਕਦੇ ਹੋ। ਪਰ ਜਦੋਂ ਅਸੀਂ ਸੇਮ ਡੇ ਆਉਂਦਾ ਸੀ ਮੀਟਿੰਗ ਦਾ, ਤਾਂ ਉਸ ਦਿਨ 9 ਵਜੇ ਸਾਨੂੰ ਮੈਸੇਜ ਮਿਲਦਾ ਕਿ ਵੀ ਤੁਹਾਡੀ ਜਿਹੜੀ ਮੀਟਿੰਗ ਹੈ ਪੋਸਟਪੋਨ ਕੀਤੀ ਜਾਂਦੀ ਹੈ। ਅਸੀਂ ਉਹ 16 ਜੂਨ ਨੂੰ, ਜਿਵੇਂ ਤੁਸੀਂ ਕਿਹਾ ਛੱਤ ਤੱਕ ਦਾ ਸਫ਼ਰ, ਅਸੀਂ ਅੱਕ ਕੇ ਆਏ ਸੀ ਵੀ 16 ਜੂਨ ਅਸੀਂ ਡਿਸਾਈਡ ਕੀਤੀ ਮੋਹਾਲੀ ਜਾਵਾਂਗੇ, ਅਸੀਂ ਮੀਟਿੰਗ ਵੀ ਕਰਾਂਗੇ, ਅਸੀਂ ਐਜੀਟੇਸ਼ਨ ਵੀ ਕਰਾਂਗੇ। ਅਸੀਂ ਛੱਤ 'ਤੇ ਚੜ੍ਹੇ, ਚਲੋ ਮੀਡੀਆ ਨੇ ਸਾਡੀ ਗੱਲ ਨੂੰ ਲੋਕਾਂ ਤੱਕ ਲੈ ਕੇ ਗਏ, ਅਤੇ ਉਸ ਸਮੇਂ ਮੀਟਿੰਗਾਂ ਵੀ ਹੋਈਆਂ, ਨੈਕਸਟ ਹੁਣ ਤੱਕ ਉਹ ਚੱਲ ਰਿਹਾ। ਪਰ ਜਿਹੜੇ ਉੱਪਰ 3 ਜਣੇ ਬੈਠੇ ਹੋ, ਧੁੱਪ, ਗਰਮੀ, ਮੀਂਹ, ਮੱਛਰ ਸਭ ਕੁਝ ਸਹਿ ਰਹੇ ਨੇ, ਇਹ ਤਾਂ ਮੈਡਮ ਡਾਇਰੈਕਟਲੀ ਹੈ ਕਿ ਸਾਨੂੰ ਦਿਖ ਰਿਹਾ, ਬਟ ਇਨਡਾਇਰੈਕਟਲੀ ਉਹ ਜੋ ਘਰਾਂ ਦੇ ਵਿੱਚ ਵੀ ਭੁੱਖ 'ਤੇ ਕੱਟੀ ਹੈ 18 ਸਾਲ ਤੱਕ, ਉਹ ਵੀ ਹੈ। ਹੁਣ ਤਿੰਨਾਂ ਨੂੰ ਦੇਖੋ, ਜੂਨ ਦਾ ਮਹੀਨਾ ਹੈ, ਜੁਲਾਈ ਦਾ ਮਹੀਨਾ ਹੈ, ਇੰਨੀ ਤਪਸ ਹੈ, 48 ਡਿਗਰੀ ਟੈਂਪਰੇਚਰ ਹੈ, ਤਾਂ ਹੁਣ ਤੁਸੀਂ ਦੇਖੋ ਛੱਤ ਦੇ ਉੱਤੇ ਕੀ ਹਾਲ ਹੋਊਗਾ ਉਹਨਾਂ ਦਾ। ਸਾਡੇ ਕੋਲ ਸਮਾਜ ਦਾ ਹਰੇਕ ਵਰਗ ਆ ਰਿਹਾ, ਚਾਹੇ ਉਹ ਭਰਾਤਰੀ ਜਥੇਬੰਦੀਆਂ, ਐਸੋਸੀਏਸ਼ਨਾਂ ਹੈ, ਟੀਚਿੰਗ ਡਿਪਾਰਟਮੈਂਟ ਦੀਆਂ ਸਾਰੀਆਂ ਐਸੋਸੀਏਸ਼ਨਾਂ ਹੋ ਗਈਆਂ, ਹੋਰ ਪੂਰੇ ਪੰਜਾਬ 'ਚੋਂ NGOs, ਹੋਰ ਚੈਨਲ ਸਾਰੇ, ਈਵਨ ਕਿ ਸਾਰੀ ਪ੍ਰੈਸ ਲੋਕਲ ਵੀ ਆਉਣ ਲੱਗ ਗਏ ਹੁਣ ਤਾਂ ਮੋਹਾਲੀ ਅਤੇ ਚੰਡੀਗੜ੍ਹ ਦੇ। ਪਰ ਮੈਂ ਤਾਂ ਹੈਰਾਨ ਹਾਂ ਵੀ ਗੌਰਮੈਂਟ ਨੂੰ ਇਹ ਸਾਨੂੰ ਕਿਉਂ ਨਹੀਂ ਦਿਖਿਆ। ਤੁਹਾਡਾ ਇਹ ਸੰਘਰਸ਼ ਨਵਾਂ ਨਹੀਂ ਹੈਗਾ, ਹਰ ਸਾਲ ਕੁਛ ਨਾ ਕੁਛ ਟੀਚਰ ਪ੍ਰੋਟੈਸਟ ਨੂੰ ਲੈ ਕੇ ਨਿਊਜ਼ ਆਉਂਦੀ ਹੈ, ਪਾਣੀ ਦੀਆਂ ਬੁਛਾੜਾਂ ਚੱਲਦੀਆਂ, ਇੱਕ ਤਰ੍ਹਾਂ ਨਾਲ ਰਿਸਰਚ ਦੱਸਦੀ ਹੈ ਕਿ 18 ਸਾਲਾਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹਾਂ ਟੀਚਰ ਆਰਗੇਨਾਈਜੇਸ਼ਨ, 18 ਤੋਂ 15 ਸਾਲਾਂ ਤੋਂ ਤੁਹਾਨੂੰ ਅਲੱਗ ਅਲੱਗ ਸਰਕਾਰਾਂ ਬਦਲ ਗਈਆਂ, ਤੁਹਾਨੂੰ ਕਿੱਥੇ ਉਮੀਦ ਜਾਗੀ ਕਿ ਹਾਂ ਹੁਣ ਇਹ ਸਰਕਾਰ ਸਾਡੀ ਮੰਨ ਲਏਗੀ, ਸਾਨੂੰ ਪੱਕੇ ਕਰ ਦਿੱਤਾ ਜਾਏਗਾ, ਜਾਂ ਕਿਸੇ ਨੇ ਤੁਹਾਡੀ ਨਹੀਂ ਸੁਣੀ? ਸਾਡੀ ਕਿਸੇ ਨੇ ਨਹੀਂ ਸੁਣੀ ਜੀ, ਐਕਚੁਅਲੀ ਸਾਨੂੰ ਕੁੱਟ ਪਈ ਹੈ। ਪਹਿਲਾਂ ਪਿਛਲੀ ਅਕਾਲੀ ਗੌਰਮੈਂਟ ਦੀ ਕੁੱਟ ਖਾਧੀ ਅਸੀਂ 10 ਸਾਲ, ਤਾਂ ਫਿਰ ਕੀ ਹੋਇਆ, ਉਹ ਇੱਥੇ ਸਾਡੇ 419 ਦਿਨ ਦਾ ਧਰਨਾ ਮੋਹਾਲੀ ਲੱਗਿਆ ਹੋਇਆ ਸੀ, ਜਿਹੜਾ ਕਿ ਉਸ ਚੱਲਦੇ ਧਰਨੇ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਧਰਨੇ 'ਚ ਆਏ 29 ਦਸੰਬਰ 2016 ਨੂੰ, ਇੱਥੇ ਆ ਕੇ ਸਾਡੇ ਨਾਲ ਵਾਅਦਾ ਕੀਤਾ, ਨਾਲ ਇਹ ਵੀ ਹਮਦਰਦੀ ਵਾਲੀਆਂ ਗੱਲਾਂ ਸਾਡੇ ਨਾਲ ਕੀਤੀਆਂ ਕਿਉਂਕਿ ਅਸੀਂ ਵੋਟ ਬੈਂਕ ਸੀ। ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਸਾਡੀ ਗੌਰਮੈਂਟ ਆਉਂਦੇ ਹੀ ਪਹਿਲੀ ਕੈਬਨਿਟ ਦੇ ਵਿੱਚ ਰੈਗੂਲਰ ਕਰਾਂਗੇ, ਅਤੇ ਅਸੀਂ ਪਹਿਲੀ ਉਡੀਕੀ, ਦੂਜੀ ਉਡੀਕੀ, ਤੀਜੀ ਉਡੀਕੀ, 4.5 ਸਾਲ ਉਡੀਕਿਆ, ਅਤੇ 4.5 ਸਾਲ ਉਡੀਕਣ ਤੋਂ ਬਾਅਦ ਅਸੀਂ ਆ ਕੇ ਇਹਨਾਂ ਦੀ ਵੀਡੀਓ, ਇਹਨਾਂ ਦੀਆਂ ਨਿਊਜ਼, ਇਹਨਾਂ ਦਾ ਹੀ ਸਾਰਾ ਜੋ ਮੀਡੀਆ ਦੇ ਸਾਹਮਣੇ ਜੋ ਕਮਿਟਮੈਂਟ ਕਰਕੇ ਗਏ ਸੀ, ਅਸੀਂ ਉਹ ਚੱਲਣ ਦਿੱਤਾ ਕਿ ਵੀ ਅਜੇ ਤੱਕ ਵਾਅਦਾ ਪੂਰਾ ਨਹੀਂ ਹੋਇਆ। ਪਰ ਹੁਣ ਤੁਸੀਂ 4.5 ਸਾਲ ਨਿਕਲਣ ਤੋਂ ਬਾਅਦ ਹੁਣ ਪ੍ਰੋਟੈਸਟ ਕਰ ਰਹੇ ਹਾਂ, ਪੂਰਾ 4.5 ਸਾਲ ਤੁਸੀਂ ਕਿਉਂ ਨਹੀਂ ਬੋਲੇ? ਗੌਰਮੈਂਟ ਜਿੱਥੇ ਪਿਛਲੀਆਂ ਨੇ ਉੱਥੇ ਇਹਨਾਂ ਨੇ ਸਾਨੂੰ ਉਂਗਲਾਂ 'ਤੇ ਨਚਾਇਆ,
ਇਹਨਾਂ ਨੂੰ ਅੱਜ ਕਰਦੇ ਹਾਂ ਰੈਗੂਲਰ, ਕੱਲ੍ਹ ਕਰਦੇ ਹਾਂ, ਮੀਟਿੰਗਾਂ ਵੀ ਕਰਨ ਤੋਂ ਮਨ੍ਹਾ ਕੀਤਾ ਅਤੇ ਗਵਰਨਮੈਂਟ ਨੇ ਆਪਦੇ ਸਖਤ ਤੇਵਰ ਵੀ ਵਿਖਾਏ ਸੈਕਟਰੀ ਐਜੂਕੇਸ਼ਨ ਜੀ, ਕਿਉਂਕਿ ਇਲੈਕਟਿਡ ਪਰਸਨ ਆ ਜਿਹੜੇ ਹੁਣ MLA ਤੋਂ ਲੈ ਕੇ CM ਸਾਹਿਬ ਤੱਕ, ਇਹਨਾਂ ਨੇ ਵੋਟ ਬੈਂਕ ਵੇਖਣਾ ਹੁੰਦਾ ਹੈ। ਪਹਿਲਾਂ ਜਦੋਂ ਚੱਲਦੀ ਗਵਰਨਮੈਂਟ ਬਣ ਗਈ, ਹੁਣ ਗਵਰਨਮੈਂਟ ਬਣ ਗਈ ਉਸ ਤੋਂ ਬਾਅਦ ਇਹਨਾਂ ਨੇ ਆਪਦੇ ਆਪੋ ਆਪਣੇ ਕਹਿ ਲਓ ਵੀ ਛੁਪ ਕੇ ਰਹਿਣ ਲੱਗ ਗਏ, ਬਿਊਰੋਕਰੇਟ ਅੱਗੇ ਕਰਤੇ ਆਪ ਪਿੱਛੇ। ਹੁਣ ਦੇਖੋ CM ਸਾਹਿਬ ਹੈ, ਪੂਰੇ ਪੰਜਾਬ ਦੇ ਨਾਲ ਹਰੇਕ ਵਰਗ ਨਾਲ ਵਾਅਦਾ ਕੀਤਾ, ਕਿਹਨਾਂ ਨਾਲ ਪੂਰਾ ਹੋਇਆ? ਕਿਸੇ ਨਾਲ ਨਹੀਂ, ਸਾਰੇ ਡਿਪਾਰਟਮੈਂਟਾਂ ਦੇ ਇਹਨਾਂ ਨੇ ਬਿਊਰੋਕਰੇਟ ਅੱਗੇ ਲਾਏ ਹੋਏ ਆ। ਤਾਂ ਸਾਡੇ ਵੀ ਬਿਊਰੋਕਰੇਟ ਨੇ ਸਾਨੂੰ ਟੱਕੇ ਵਰਗੇ ਜਵਾਬ ਦਿੱਤੇ, ਤਾਂ ਹੁਣ ਤੱਕ ਅਸੀਂ ਐਫਰਟ ਕੀਤੀ ਬਸ ਜਵਾਬ ਮਿਲਿਆ। ਅਤੇ ਹੁਣ ਸਾਨੂੰ ਇਹ ਲੱਗਿਆ ਵੀ ਹੁਣ ਅਸੀਂ ਇਹ ਕਹਿ ਲਓ ਵੀ ਅੱਕ ਕੇ ਥੱਕ ਕੇ, ਜਦੋਂ ਕਿ ਸਾਡੇ ਘਰ ਰੁਜ਼ਗਾਰ ਹੀ ਨਹੀਂ ਚੱਲ ਰਿਹਾ, ਖਰਚੇ ਨਹੀਂ ਪੂਰੇ ਹੋ ਰਹੇ, ਤਾਂ ਅਸੀਂ ਥੱਕ ਹੰਭ ਕਿੱਥੇ ਆਏ? ਤੁਹਾਡੀ ਫੇਸਬੁੱਕ ਪੇਜ 'ਤੇ ਜਾ ਕੇ ਦੇਖਦੇ ਹਾਂ ਤਾਂ ਉੱਥੇ ਇੱਕ ਪੋਸਟ ਆਉਂਦੀ ਹੈ ਜਿਹੜਾ ਤੁਹਾਡਾ ਇਲੈਕਸ਼ਨ ਪ੍ਰੋਵਾਈਡਰ ਯੂਨੀਅਨ ਦਾ ਪੇਜ ਹੈ, ਤੁਸੀਂ ਉੱਥੇ ਇੱਕ ਨੋਟੀਫਿਕੇਸ਼ਨ ਦਿੱਤਾ ਹੋਇਆ ਕਿ ਵੈਲਫੇਅਰ ਜਿਹੜਾ ਬਿੱਲ 2016 'ਚ ਪਾਸ ਹੋਇਆ ਹੈ ਇਹਦੇ 'ਚ ਸਾਡੀ ਜਿੱਤ ਹੋ ਚੁੱਕੀ ਹੈ, ਸਾਨੂੰ ਨੋਟੀਫਿਕੇਸ਼ਨ ਸਪੈਸ਼ਲ ਨੋਟੀਫਿਕੇਸ਼ਨ ਦੀ ਲੋੜ ਨਹੀਂ ਹੈਗੀ, ਆਪਾਂ ਪੱਕੇ ਹੋ ਗਏ ਹਾਂ। ਉਹ ਕੀ ਚੀਜ਼ ਸੀਗੀ? ਐਕਚੁਅਲੀ ਮੈਡਮ, ਉਹ ਅਕਾਲੀ ਗਵਰਨਮੈਂਟ ਨੇ ਇੱਕ ਦਿਨ ਦਾ ਵਿਧਾਨ ਸਭਾ ਦਾ ਇਜਲਾਸ ਬੁਲਾਇਆ। ਸਾਡਾ ਐਜੀਟੇਸ਼ਨ ਉਸ ਸਮੇਂ ਇੱਥੇ ਬੜਾ ਲੰਬਾ ਚੱਲਿਆ। ਇਹਨਾਂ ਨੇ ਸਾਡੇ ਨਾਲ 12 ਕੈਬਨਿਟ ਮੀਟਿੰਗਾਂ ਹੋਈਆਂ, ਕੈਬਨਿਟ 12 ਕੈਬਨਿਟ ਮੀਟਿੰਗਾਂ ਦੇ ਵਿੱਚ ਇਹ ਏਜੰਡਾ ਜਾਂਦਾ ਰਿਹਾ 12 ਜੁਲਾਈ 2016 ਤੋਂ ਲੈ ਕੇ ਇਹ ਕੈਬਨਿਟ ਮੀਟਿੰਗਾਂ ਸ਼ੁਰੂ ਹੋਈਆਂ ਅਤੇ ਅਕਾਲੀ ਗਵਰਨਮੈਂਟ ਨੇ 10-12 ਕੈਬਨਿਟ ਕੀਤੀਆਂ, ਜਿਹਦੇ ਵਿੱਚ ਹਰੇਕ ਦੇ ਵਿੱਚ ਟੈਂਪਰੇਰੀ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਏਜੰਡਾ ਲੈ ਕੇ ਜਾਂਦੇ ਰਹੇ। ਤਾਂ ਇਹਨਾਂ ਨੇ ਉਸ ਕੈਬਨਿਟਾਂ ਦੇ ਵਿੱਚ ਤਾਂ ਕਿਸੇ ਨੂੰ ਰੈਗੂਲਰ ਨਹੀਂ ਕੀਤਾ ਸਿਵਾਏ ਲਾਰਿਆਂ ਦੇ। ਸਾਡੇ ਨਾਲ ਕੈਜੂਅਲ ਮੀਟਿੰਗਾਂ ਵੈਸੇ ਹੋਈਆਂ, ਮੀਟਿੰਗਾਂ ਦੇ ਵਿੱਚ ਕਹਿਤਾ ਵੀ ਹਾਂ ਤੁਹਾਨੂੰ ਅਸੀਂ ਰੈਗੂਲਰ ਕਰ ਰਹੇ ਹਾਂ, ਬਟ ਅਖੀਰ ਲਾਰੇ ਟੱਪਦੇ ਟੱਪਦਿਆਂ, ਲਾਰੇ ਲਾਉਂਦੇ ਲਾਉਂਦਿਆਂ 19 ਦਸੰਬਰ 2016 ਆਇਆ। ਉਸ ਦਿਨ ਇਹਨਾਂ ਨੇ ਇੱਕ ਦਿਨ ਦਾ ਵਿਧਾਨ ਸਭਾ ਇਜਲਾਸ ਬੁਲਾਇਆ ਤਾਂ ਉਹਦੇ ਵਿੱਚ ਇਹਨਾਂ ਨੇ ਇੱਕ ਬਿੱਲ ਪਾਸ ਕੀਤਾ ਕਿ ਵੀ ਟੈਂਪਰੇਰੀ ਜੋ ਵੀ ਮੁਲਾਜ਼ਮ ਕੰਮ ਕਰਦਾ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ। ਬਟ ਉਹਦੇ ਉੱਤੇ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋਈ? ਅੱਗੇ ਜਾ ਕੇ 4 ਜਨਵਰੀ 2017 ਨੂੰ ਕੋਡ ਆਫ ਕੰਡਕਟ ਲੱਗ ਜਾਂਦਾ ਹੈ, ਇਸ ਸਮੇਂ ਦੌਰਾਨ ਵੀ ਉਹ ਬਿੱਲ ਹੈ ਜਿਹੜਾ ਉਹਨਾਂ ਨੇ ਸਾਡੇ ਉੱਤੇ ਲਾਗੂ ਨਹੀਂ ਕੀਤਾ। ਸੋ ਅਗਲੀ ਸਰਕਾਰ ਨੇ ਆ ਕੇ ਵੀ ਉਸ ਚੀਜ਼ ਨੂੰ ਨਹੀਂ, ਅਗਲੀ ਗਵਰਨਮੈਂਟ ਨੇ ਪਹਿਲਾਂ ਜਿਹੜੀ ਕਹਿੰਦੀ ਸੀ ਪੱਕੇ ਕਰਾਂਗੇ, ਉਹਨਾਂ ਨੇ ਪਹਿਲਾਂ ਬਿੱਲ ਖਤਮ ਕੀਤਾ ਵੀ ਇਹ ਰਾਈਟ ਨਾ ਮੰਗ ਲੈਣਾ। ਤੁਹਾਨੂੰ ਵਿਸ਼ਵਾਸ ਹੋਇਆ ਕਈ ਵਾਰੀ ਇਸ ਧਰਨਿਆਂ ਦੇ ਦੌਰ 'ਚ ਕਿ ਹੁਣ ਤੁਹਾਨੂੰ ਨੌਕਰੀ ਪੱਕੀ ਹੋ ਜਾਏਗੀ? ਇਹ ਸਰਕਾਰ ਵਾਲੇ ਕਹਿ ਰਹੇ ਆ, ਪਾਰਟੀਆਂ ਵਾਲੇ ਕਹਿ ਰਹੇ ਆ, ਹੁਣ ਤੁਹਾਡੀ ਨੌਕਰੀ ਪੱਕੀ ਹੈ? ਮੈਡਮ, ਸਾਨੂੰ ਇਹਨਾਂ ਦੇ ਵਿਸ਼ਵਾਸ ਤਾਂ ਹੈ ਨਹੀਂ, ਬਟ ਇਹ ਗੱਲ ਕਲੀਅਰ ਹੈ ਵੀ ਸਾਨੂੰ ਆਪਦੇ ਇਰਾਦਿਆਂ ਦੇ ਵਿਸ਼ਵਾਸ ਹੈ, ਆਪਦੇ ਇਰਾਦਿਆਂ ਦੇ ਵਿਸ਼ਵਾਸ ਹੈ ਵੀ ਜੋ ਅਸੀਂ ਐਜੂਕੇਸ਼ਨ ਕਰ ਰਹੇ ਹਾਂ, ਅਸੀਂ ਟੀਚਰ ਹੀ ਕੱਚੇ ਹਾਂ, ਇਰਾਦੇ ਸਾਡੇ ਪੱਕੇ ਹੈ, ਅਸੀਂ ਪੱਕਾ ਇਰਾਦਾ ਬਣਾ ਕੇ ਆਏ ਹਾਂ, ਰੈਗੂਲਰ ਹੋ ਕੇ ਜਾਵਾਂਗੇ। ਹੁਣ ਤੁਹਾਡੀਆਂ ਕਿੰਨੀਆਂ ਮੀਟਿੰਗਸ ਹੋ ਚੁੱਕੀਆਂ? ਤੁਸੀਂ 16 ਜੂਨ ਤੋਂ ਪ੍ਰੋਟੈਸਟ ਸਟਾਰਟ ਕੀਤਾ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਤੇ, ਤੁਹਾਡੀਆਂ ਕਿੰਨੀਆਂ ਮੀਟਿੰਗਸ ਹੋ ਚੁੱਕੀਆਂ? ਕਾਫੀ ਮੀਟਿੰਗਸ 'ਤੇ ਮੀਟਿੰਗ ਹੋ ਚੁੱਕੀਆਂ ਦੇਖਿਆ ਸੀ। 4 ਮੀਟਿੰਗਾਂ ਹੋਈਆਂ ਜੀ, ਜਿਹਦੇ ਵਿੱਚੋਂ ਪਹਿਲੀ ਹੋਈ 16 ਜੂਨ ਨੂੰ, ਜਿਸ ਦਿਨ ਅਸੀਂ ਇਹ ਪ੍ਰੋਟੈਸਟ ਸ਼ੁਰੂ ਕੀਤਾ, ਉਸੇ ਦਿਨ ਕੈਪਟਨ ਸੰਦੀਪ ਸੰਧੂ ਜੀ ਨਾਲ ਹੋਈ ਖੰਨੇ ਹੋਈ ਅਤੇ ਉਹਦੇ ਵਿੱਚ ਸਾਨੂੰ ਸਾਡੇ ਬਾਰੇ ਜਾਣਕਾਰੀ ਲਈ ਗਈ, ਸਾਡੀ ਡਿਮਾਂਡ ਪੁੱਛੀ ਗਈ। ਉਸ ਤੋਂ ਬਾਅਦ ਅਗਲੀ ਜਿਹੜੀ ਮੀਟਿੰਗ ਹੈ ਸਾਡੀ 17 ਨੂੰ ਹੋਈ, 17 ਜੂਨ ਨੂੰ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਕੈਪਟਨ ਸੰਦੀਪ ਸੰਧੂ ਜੀ, ਸਿੱਖਿਆ ਮੰਤਰੀ ਜੀ ਅਤੇ ਸਿੱਖਿਆ ਸਕੱਤਰ ਜੀ ਤਿੰਨੇ ਬੈਠੇ, ਤਾਂ ਸਾਨੂੰ ਸਾਡੀਆਂ ਮੰਗਾਂ ਪੁੱਛੀਆਂ, ਉਹਨਾਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਦਾ ਮਨ ਨਹੀਂ ਸੀ ਵੀ ਪੂਰੀਆਂ ਕਰਨੀਆਂ, ਜਸਟ ਇੱਕ ਟਾਈਮ ਪਾਸ ਸੀ। ਅਤੇ ਤੀਜੀ ਮੀਟਿੰਗ ਸਾਡੀ ਜਿਹੜੀ ਹੋਈ ਉਹ ਸੁਰੇਸ਼ ਕੁਮਾਰ ਜੀ ਨਾਲ ਹੋਈ, ਜਿਹਦੇ ਵਿੱਚ ਸਿੱਖਿਆ ਸਕੱਤਰ ਅਤੇ ਸੁਰੇਸ਼ ਕੁਮਾਰ ਜੀ ਬੈਠੇ 25 ਜੂਨ ਨੂੰ। ਉਸ ਦੇ ਵਿੱਚ ਵੀ ਕੋਈ ਫਾਈਨਲ ਸਿੱਟਾ ਨਹੀਂ ਨਿਕਲਿਆ, ਕਿਉਂਕਿ ਉਹ ਕਹਿੰਦੇ ਫਾਈਨਾਂਸ ਵਾਲੇ ਹੈ ਨਹੀਂ ਗੇ, ਹੋਰ ਹੈ ਨਹੀਂ, ਜੋ ਵੀ ਹੈ ਮਤਲਬ ਚਲੋ ਡਿਸੀਜ਼ਨ ਪਾਵਰਾਂ ਹੈ ਨਹੀਂ, ਇਸ ਕਰਕੇ ਡਿਸੀਜ਼ਨ ਨਹੀਂ ਹੋ ਸਕਣਾ। ਅਸੀਂ ਆਪਦੇ ਐਜੀਟੇਸ਼ਨ ਨੂੰ ਵਧਾਉਂਦੇ ਗਏ, ਐਜੀਟੇਸ਼ਨ ਹੁੰਦਾ ਰਿਹਾ ਸਟੇਟ ਲੈਵਲ ਤੋਂ, ਸਾਡੇ ਨਾਲ ਬਹੁਤ ਸਾਰਾ ਇਕੱਠ, NGOs, ਐਸੋਸੀਏਸ਼ਨਾਂ, ਸਾਰੇ ਸਾਡੇ ਆਪਦੇ ਪਰਿਵਾਰ 13,000 ਪੂਰੇ ਐਜੀਟੇਸ਼ਨ 'ਚ ਕੁੱਦ ਗਏ। ਜਦੋਂ ਕੁੱਦ ਗਏ ਮਜਬੂਰ ਨੇ ਇਹਨਾਂ ਨੂੰ ਫਿਰ ਇੱਕ ਮੀਟਿੰਗ ਕਰਨੀ ਪਈ। ਮੀਟਿੰਗ ਕਰਨ ਤੋਂ ਪਹਿਲਾਂ ਇੱਕ 6 ਜੁਲਾਈ ਦਾ ਤੁਹਾਨੂੰ ਹਾਲ ਦੱਸਦਿਆਂ ਕਿ ਤੁਹਾਡੇ ਮੀਡੀਆ ਨੇ ਬਹੁਤ ਕਵਰ ਕੀਤਾ, ਜਿਹੜੇ ਕਿ ਟੀਚਰਾਂ ਨੂੰ ਕਰੀਬ 200 ਦੇ ਅਥਰੂ ਗੈਸ ਦੇ ਗੋਲੇ ਜਿਹੜੇ ਸਾਡੇ ਉੱਤੇ ਦਾਗੇ ਇਹਨਾਂ ਨੇ, ਟੀਚਰਾਂ ਨੂੰ ਕੁੱਟਿਆ, ਘੋੜਿਆਂ ਵਾਲੀ ਪੁਲਿਸ ਉੱਥੇ ਲੱਗੀ, ਚੰਡੀਗੜ੍ਹ ਨੂੰ ਅਸੀਂ ਵੱਧ ਰਹੇ ਸੀ, ਅਸੀਂ 2 ਸੈਕਟਰ 'ਚ CM ਹਾਊਸ ਵੱਲ ਨੂੰ ਵੱਧ ਰਹੇ ਸੀ,
देखो एडे वड्डे लेवल दे उत्ते इन्होंने तैयारी की, जिवें कोई चाइना दे विचों कोई मिलीटेंट आउंदे हुंदे आ जां कोई पाकिस्तान दे विचों दाखल हुंदे हुंदे आ, असी इक वैपन तो बिना खाली हत्थ सड़कां ते मुजाहरा करन वाले टीचर, इन्होंने तशद्दुद हटाया साडे उत्ते, साडे करीब 35-40 अध्यापक जिहड़े जख्मी होए, कुट पई, फिर सानू एडमिट करवाया गया। उस तो बाद अगले दिन साडी मीटिंग हुंदी है कि उहदे विच इह गल मन्ने कि भी असी 8,893 पोस्टा तो वधा के पोस्टा जिहड़ियां उह 9,000 के करीब कर देंगे, जबकि साडी डिमांड यह सी कि भी 13,000 पोस्ट दिओ सानू जिन्ने साडे टीचर। फिर इन्होंने यह कहा भी प्रपोजल गवर्नमेंट की सी कि भी असी तुहानू डिपार्टमेंट की भर्ती बना के कि सिर्फ टैंपरेरी टीचर ही उत्थे एप्लीकेशन लाउण, असी डिपार्टमेंट की भर्ती बना के असी 9,000 के करीब पोस्ट तुहानू दे रहे। यह 70% इशू साडा सॉल्व हो जाता सी इस तरीके, पर 30% फिर भी अजे तक सॉल्व नहीं सी हुंदा क्योंकि टीचर अजे रहिंदे सीगे। बट वह भी इन्होंने कहा कैबिनेट च लैके जावांगे, कैबिनेट बुधवार की सी, होर यह अजे तक इशू है जिहड़ा वह फाइनल नहीं होया भी कदों बुधवार आया तो कदों वो कैबिनेट आई, अजे तक असं वेट कर रहे हैं इस गल की। तुहानू हुण अगली उम्मीद की है भी तुहाडी दुबारा मीटिंग होएगी? पहली तो यह कि भी असी बुधवार को, इस बुधवार को 21 तरीक न असी स्टेट लेवल का बड़ा इकट्ठ रखे जिदे विच भरातरी एसोसीएशन सारे सारे टीचर बड़े लेवल के उत्ते शामिल होंगे। उम्मीद जिहड़ी तुसी गल करदे हो, उम्मीद नहीं, असी खरा ठोक बजा के ते टणका के टली वांगू गवर्नमेंट तो नोटिफिकेशन भालदे हाँ कि नोटिफिकेशन करे, मीटिंग भावें दी ना करे, कि गवर्नमेंट कच्चे अध्यापकों नूं पक्के करता ऐलान करे। इस तों पहलां वी संघर्ष करने पए कच्चे अध्यापकों नूं, सब तो वड्डा संघर्ष तुहानू अज तक किहड़ा करना पिया? वड्डे कीते जी, एक्चुअली सोचिए 2011 दे विच मैं पटियाले, साडे टोटल 6,000 टीचर सीगा, 6,000 टीचरां दे विचों एजिटेशन होया, उहदे तहत मैं 47 दिन दा पाठा वर्त रख्या। 47 दिन दा तुसी फोर्टी सैवन डेज दी जिहड़ी स्ट्राइक कीती, हंगर स्ट्राइक कीती, उहदे विच की होया वी इक पाणी पीणा हुंदा सीगा ਤਾਂ 47 ਦਿਨ ਭੁੱਖ 'ਤੇ ਕੱਟਣ ਤੋਂ ਬਾਅਦ ਵੀ ਮੈਂ ਕਹਿੰਦਾ ਪਿਛਲੀ ਸਰਕਾਰ ਦੀ ਵੀ ਗੱਲ ਕਰ ਲਈਏ ਥੋੜ੍ਹੀ ਜਿਹੀ, ਕਿਉਂਕਿ ਅੱਜ ਵੀ ਉਹ ਚੈਨਲ ਦੇ ਉੱਤੇ ਸਾਡੇ ਹਾਹ ਦਾ ਨਾਰਾ ਮਾਰ ਦਿੰਦੇ ਆ। ਉਦੋਂ ਕਬੱਡੀ ਕੱਪ ਹੁੰਦੇ ਹੁੰਦੇ ਸੀਗੇ, ਤਾਂ ਜਦੋਂ ਕਬੱਡੀ ਕੱਪ ਹੁੰਦੇ ਪਟਿਆਲੇ ਇੱਕ ਮੈਚ ਸੀਗਾ, ਮੈਂ ਤਾਂ ਹੰਗਰ ਸਟ੍ਰਾਈਕ 'ਤੇ ਸੀ ਆਲਰੇਡੀ, ਤਾਂ ਸਾਡੇ ਜਿਹੜੇ ਆਗੂ ਸੀਗੇ ਯੂਨੀਅਨ ਦੇ ਆਗੂ ਮਿਲੇ ਸੁਖਵੀਰ ਬਾਦਲ ਜੀ, ਕਹਿੰਦੇ ਵੀ ਸਾਡੇ ਜਿਹੜੇ ਮਰਨ ਵਰਤੇ ਬੈਠਾ ਹੈ ਬੰਦਾ, ਉਹਦੀ ਸਿਹਤ ਦਿਨੋਂ ਦਿਨ ਖਰਾਬ ਹੋ ਰਹੀ ਹੈ, ਵੀ ਉਹ ਮਰਨ ਕਿਨਾਰੇ ਹੈ ਅਤੇ ਸਾਡਾ ਕੰਮ ਕਰੋ, ਸਾਨੂੰ ਰੈਗੂਲਰ ਕਰੋ। ਕਹਿੰਦੇ ਕੋਈ ਗੱਲ ਨਹੀਂ, ਜੇ ਉਹ ਮਰਦਾ ਹੈ ਮਰਨ ਤੋਂ ਬਾਅਦ ਕੋਈ ਹੋਰ ਬੰਦਾ ਬਿਠਾ ਦਿਓ। ਤਾਂ ਇਸ ਸੰਘਰਸ਼ਾਂ ਦੇ ਵਿੱਚੋਂ EGS ਨੇ 4 ਜਾਨਾਂ ਗਵਾ ਲਈਆਂ। ਇਹ ਕਿਹੜੇ ਸਾਲ ਦੀ ਗੱਲ ਹੈ ਜੋ ਤੁਹਾਨੂੰ ਇੱਦਾਂ ਕਿਹਾ ਗਿਆ ਸੀ? ਕਰੀਬ 2011 ਦੀ, 2011 ਦੇ ਵਿੱਚ ਕਹਿੰਦੇ ਉਹਦੇ ਮਰਨ ਤੋਂ ਬਾਅਦ ਅੱਗੇ ਬੰਦਾ ਹੋਰ ਬਿਠਾ ਦਿਓ। EGS ਨੇ 4 ਜਾਨਾਂ ਗਵਾ ਲਈਆਂ, ਜਿਹਦਾ ਕਿ ਦੇਖੋ ਅੱਜ ਜ਼ਿੰਦਗੀਆਂ ਨਾਲ ਖੇਡ ਕੇ ਵੀ ਗਵਰਨਮੈਂਟ ਹੈ ਜਿਹੜੀ ਸਾਡੇ ਨਹੀਂ ਰੱਜੀ, ਸਾਡਾ ਆਰਥਿਕ ਸ਼ੋਸ਼ਣ ਕੀਤਾ, ਮੈਂਟਲੀ ਸ਼ੋਸ਼ਣ ਕੀਤਾ, ਸਾਨੂੰ ਹਰੇਕ ਤਰੀਕੇ ਨਾਲ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਹਰ ਸਮੇਂ ਕੀ ਕਰਨਾ ਪਿਆ, ਅਤੇ ਆਹ ਦਿਨ ਆ ਗਏ। ਅਜੇ ਤੱਕ ਗਵਰਨਮੈਂਟ ਦਾ ਉਹ ਸਮਾਂ ਨਹੀਂ ਆਇਆ ਜਿਸ ਦਿਨ ਕੋਈ ਰੈਗੂਲਰ ਜਿਹੜੇ ਟੀਚਰ ਟੈਂਪਰੇਰੀ ਟੀਚਰ ਹੈ ਕੋਈ ਰੈਗੂਲਰ ਦੀ ਜੋਬ ਨੂੰ ਪਾ ਕੇ ਖੁਸ਼ ਹੋਣਗੇ। ਮੈਂ ਤਾਂ ਇਹ ਗਵਰਨਮੈਂਟ ਦਾ ਦੇਖੋ ਇਹ ਮੰਨਦਾ ਕਿ ਗਵਰਨਮੈਂਟ ਨੇ ਸਿਸਟਮ ਨੂੰ ਇੰਨਾ ਕੁ ਵਿਗਾੜ ਲਿਆ ਕਿ ਜੇ ਸਿਸਟਮ ਦੇ ਮੁਤਾਬਕ ਚੱਲੇ, ਭਰਤੀ ਚੱਲੇ, ਜਿੰਨੀ ਰਿਟਾਇਰਮੈਂਟ ਹੁੰਦੀ ਹੈ ਕਿਸੇ ਵੀ ਡਿਪਾਰਟਮੈਂਟ ਦੀ ਹੁੰਦੀ ਹੈ, ਉਹ ਇੱਕ ਫਾਈਨੈਂਸ਼ੀਅਲ ਈਅਰ ਵਾਂਗੂ ਜਿਵੇਂ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਦਾ ਹੁੰਦਾ ਫਾਈਨੈਂਸ਼ੀਅਲ ਈਅਰ, ਇਵੇਂ ਹੀ ਇੱਕ ਉਸ ਸਮੇਂ ਹਰ ਸਾਲ ਦੀ ਡਿਮਾਂਡ ਜਿੰਨੀ ਬਣਦੀ ਹੈ ਕਿਸੇ ਵੀ ਡਿਪਾਰਟਮੈਂਟ 'ਚ ਬਣਦੀ ਹੈ, ਤਾਂ ਉਸ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਇੱਕ ਸ਼ਡਿਊਲਡ ਹੋਵੇ ਵੀ ਹਰੇਕ ਡਿਪਾਰਟਮੈਂਟ 'ਚ ਇਸ ਸਮੇਂ ਇੱਕ ਨੋਟੀਫਿਕੇਸ਼ਨ ਆਉਣਾ, ਆਹੀ ਉਹ 'ਚ ਜਿਹੜੇ ਰੂਲਸ ਰਹਿਣੇ ਹੈ, ਠੀਕ ਹੈ, ਟਰਮਸ ਰਹਿਣਗੀਆਂ, ਉਹੀ ਸ਼ਡਿਊਲ ਦੇ ਵਿੱਚ ਉਹ ਕਰਮਚਾਰੀ ਪੂਰੀਆਂ ਕਰੇ ਅਤੇ ਨਾਲ ਦੀ ਨਾਲ ਉਹਨੂੰ ਪਤਾ ਹੋਵੇ ਰਿਕਰੂਟ ਹੋ ਜਾਣਾ। ਕੰਪੀਟੀਸ਼ਨ ਭਾਵੇਂ ਦੀ ਹੋਵੇ ਕੋਈ ਇਸ਼ੂ ਨਹੀਂ, ਬਟ ਇੱਕ ਸ਼ਡਿਊਲਡ ਹੋਵੇ, ਸਿਸਟਮ ਐਡਾ ਕੁ ਹੋਵੇ ਚੰਗਾ। ਜੇ ਭਰਤੀ ਆ ਗਈ ਤਾਂ 1 ਸਾਲ ਦੇ ਵਿੱਚ 10,000 ਟੀਚਰ ਦੀ ਕਰ ਲਈ, ਜੇ ਨਾ ਆਈ ਤਾਂ ਦੋ ਟੀਚਰ ਵੀ ਨਾ ਰੱਖੇ ਤਾਂ 5-5 ਸਾਲ ਲੰਘ ਜਾਣੇ। ਤਾਂ ਦੇਖੋ ਜਿਵੇਂ ਹੁਣ ਟੈਟ ਕੀਤਾ, ਉਹਦੀ 5 ਸਾਲ ਦੇ ਲਈ ਹੁੰਦੀ ਹੈ ਇੱਕ ਵੈਲਿਡਿਟੀ ਕਹਿ ਲਓ, ਅਤੇ ਜਿਨ੍ਹਾਂ ਨੇ ਇੱਕ ਵਾਰ ਕਰ ਲਿਆ ਉਹਨਾਂ ਨੂੰ 5 ਸਾਲ ਜੇ ਚਾਂਸ ਹੀ ਨਾ ਮਿਲਿਆ ਤਾਂ ਟੈਟ ਦੀ ਤਾਂ ਆਲਰੇਡੀ ਉਹ ਖਤਮ ਹੋ ਗਿਆ। ਨਹੀਂ ਇਹ ਵੀ ਹੋ ਸਕਦਾ ਕਿ ਜਿੱਦਾਂ ਤੁਸੀਂ ਜੋਬ ਪੱਕੇ ਹੋਣ ਲਈ ਕਹਿ ਰਹੇ ਹਾਂ, ਸਰਕਾਰ ਨੂੰ ਇੰਨੀ ਲੋੜ ਹੀ ਨਾ ਹੋਵੇ ਇੰਪਲੋਇਜ਼ ਦੀ। ਨਹੀਂ, ਡਿਮਾਂਡ ਤਾਂ ਇਸ ਤੋਂ ਵੀ ਜ਼ਿਆਦਾ ਹੈ ਜੀ,
डिपार्टमेंट नूं डिमांड इस तो भी ज़्यादा है कि जे अज पूरी डिमांड पूरी कर दे ना डिमांड नियर अबाउट 30,000 के करीब साढ़े एजुकेशन डिपार्टमेंट के अजे तक डिमांड हैगी है इस तो प्लस है अच्छा जी हाँ बट ये हूँ गवर्नमेंट की फेलियर है कि वह कर नहीं रही पूरी ਤੁਸੀਂ ਟੈਟ ਵੀ ਕਲੀਅਰ ਹੈ ਹਾਂਜੀ ਤੁਸੀਂ ETT ਵੀ ਹੋਏ ਆ MA ਵੀ ਹੈ PhD ਵੀ ਹੈ ਤੁਹਾਡੇ ਚ ਕਈ ਸਾਡੇ ਲੋਕ ਬਹੁਤ ਐਜੂਕੇਟਡ ਨੇ ਜੀ PhD ਤੱਕ ਵੀ ਹੈਗੇ ਨੇ ਨੈਟ ਕਲੀਅਰ ਹੈ ਟੈਟ ਕਲੀਅਰ ਟੈਟ ਵੀ ਦੋ ਤਰ੍ਹਾਂ ਦੇ ਫਸਟ ਐਂਡ ਸੈਕੰਡ ਉਹਨਾਂ ਨੂੰ ਇਹ ਕਿ ਵੀ ਫਸਟ ਐਂਡ ਸੈਕੰਡ ਦੋਵੇਂ ਕਲੀਅਰ ਫਿਰ ਇਹ ਕਿ ਜਦੋਂ ਵੀ ਟੈਟ ਆਵੇ ਉਦੋਂ ਹੀ ਉਹ ਅਪੀਅਰ ਹੋਣਗੇ ਤਾਂ ਟੈਟ ਕਲੀਅਰ ਹੋਣਗੇ ਅਤੇ ਜਿਹੜੀ 8,393 ਪੋਸਟ ਕੱਢੀਆਂ ਗਈਆਂ ਸੀ ਇਹ ਹੁਣ ਰੋਕ ਦਿੱਤੀਆਂ ਗਈਆਂ ਹਜੇ ਹੈ ਨਾ ਜੀ ਇਹ ਰੋਕੀਆਂ ਮੈਡਮ ਇਸ ਕਰਕੇ ਵੀ ਅਸੀਂ ਪਿੱਛੇ ਗਵਰਨਮੈਂਟ ਨਾਲ 3 ਵਾਰ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਮੀਟਿੰਗ ਨਹੀਂ ਕੀਤੀ ਸਾਨੂੰ ਇਹੀ ਗਿਲਾ ਸੀ ਵੀ ਟੈਸਟ ਆ ਰਿਹਾ ਹੈ 27 ਜੂਨ ਨੂੰ ਇਹ ਟੈਸਟ ਹੋ ਜਾਣਾ ਸੀ ਇਹਦੀ ਫਾਈਟ ਸੀਗੀ 1,00,000 ਬੰਦੇ ਦੀ ਮਤਲਬ ਕਿ 8,393 ਪੋਸਟਾਂ ਲਈ 1,00,000 ਬੱਚੇ ਨੇ ਆਪਣਾ ਫਾਰਮ ਫਿਲ ਕੀਤਾ ਐਪਲੀਕੇਸ਼ਨ ਲੱਗੀ ਹੋਈ ਸੀਗੀ ਜਿਹਦੇ ਵਿੱਚ ਕਰੀਬ 10,724 ਟੈਂਪਰੇਰੀ ਟੀਚਰ ਸੀਗਾ ਐਪਲੀਕੈਂਟ ਜਿਨ੍ਹਾਂ ਦੇ ਡਿਪਲੋਮੇ ਕਲੀਅਰ ਸੀਗੇ ਹੁਣ 1,00,000 ਦੇ ਫਾਈਟ ਦੇ ਵਿੱਚ ਟੈਂਪਰੇਰੀ ਟੀਚਰ ਕਿੰਨੇ ਆਉਣਗੇ ਠੀਕ ਹੈ ਉਹ ਇੱਕ ਹੁਣ ਸੋਚਣ ਦਾ ਵਿਸ਼ਾ ਸੀ ਜਦਕਿ ਪੋਸਟਾਂ ਸਾਡੇ ਲਈ ਕੱਢੀਆਂ ਗਈਆਂ ਸੀ ਇਹਨਾਂ ਨੇ 27 ਜੂਨ ਦਾ ਟੈਸਟ ਰੱਖਿਆ ਹੋਇਆ ਸੀ ਵਿਭਾਗ ਫਾਸਟ ਤਰੀਕੇ ਨਾਲ ਉਸਨੂੰ ਭਰਤੀ ਕਰ ਲੈਂਦਾ ਜੇ ਭਰਤੀ ਕਰ ਲੈਂਦਾ ਸਾਡੇ ਫਾਰ ਐਗਜ਼ਾਮਪਲ ਉਹਦੇ 10,000 ਟੀਚਰ ਦੇ ਵਿੱਚੋਂ 1,000 ਆ ਜਾਂਦਾ 1,500 ਮੈਰਿਟ ਦੇ ਵਿੱਚ ਆ ਜਾਂਦਾ ਤਾਂ ਬਾਕੀ ਜਿਹੜੇ ਸਕੂਲਾਂ ਦੀ ਡਿਮਾਂਡ ਤਾਂ ਪੂਰੀ ਹੋ ਜਾਣੀ ਸੀਗੀ ਤਾਂ ਸਾਡੇ ਟੀਚਰ ਜਿਹੜੇ ਆਊਟ ਆਫ ਜੋਬ ਹੋ ਜਾਣੇ ਸੀ ਤਾਂ ਜਿਹੜੇ ਸਕੂਲਾਂ ਦੇ ਵਿੱਚ ਨਵੇਂ ਟੀਚਰ ਰਿਕਰੂਟ ਹੋ ਕੇ ਆਉਣੇ ਸੀਗੇ ਉਹ ਜੁਆਇਨ ਕਰਦੇ ਸਾਡੇ ਟੀਚਰ ਘਰੇ ਜਾਂਦੇ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜੀ 17 ਜੂਨ ਦਾ ਸਾਡਾ ਮੀਟਿੰਗ ਹੋਈ ਅਸੀਂ ਉਹਦੇ ਵਿੱਚ ਉਹ ਟੈਸਟ ਕੈਂਸਲ ਕਰਵਾਇਆ ਵੀ ਇੱਕ ਵਾਰ ਇਹਨੂੰ ਰੋਕੋ ਅੱਗੋਂ ਸਾਡੀ ਮੰਗ ਮੰਨੋ ਫਿਰ ਇਹ ਪੋਸਟ ਅੱਗੇ ਫਿਲ ਕਰੋ ਅਤੇ ਹੁਣ ਜਦੋਂ ਤੁਹਾਡੀਆਂ ਮੀਟਿੰਗਸ ਹੁੰਦੀਆਂ ਆ ਮੀਟਿੰਗ ਦੇ ਅੰਦਰ ਕੀ ਚੱਲਦਾ ਕੀ ਗੱਲਾਂ ਬਾਤਾਂ ਹੁੰਦੀਆਂ ਜੋ ਸਾਨੂੰ ਨਹੀਂ ਪਤਾ ਲੱਗਦੀਆਂ ਅੰਦਰ ਪ੍ਰਪੋਜ਼ਲ ਗਵਰਨਮੈਂਟ ਆਪਦੀ ਤਰਫੋਂ ਦਿੰਦੀ ਹੈ ਕਿ ਵੀ ਆਹ ਅਸੀਂ ਕਰ ਸਕਦੇ ਹਾਂ ਉਹ ਇਹ ਸਮਝ ਲਓ ਵੀ ਜੇ ਅਸੀਂ 100% ਰੱਖੀ ਤਾਂ ਉਹ ਪ੍ਰਪੋਜ਼ਲ 10% ਹੁੰਦੀ ਹੈ ਸਾਡੀਆਂ ਮੰਗਾਂ ਨੂੰ ਲੈ ਕੇ ਫਿਰ ਨਾਲ ਨਾਲ ਕਿਤੇ ਤੇਵਰ ਵੀ ਵਿਖਾਏ ਜਾਂਦੇ ਆ ਲੈਣਾ ਲੈ ਲਓ ਆਹ ਕੁਛ ਦਿੰਦੇ ਹਾਂ ਤਾਂ ਅਸੀਂ 3 ਵਾਰੀ ਪਿਛਲੀ ਮੀਟਿੰਗ ਛੱਡ ਕੇ ਵੀ ਆਏ ਹਾਂ ਜਦੋਂ 3 ਵਾਰ ਛੱਡੀ ਸੁਰੇਸ਼ ਕੁਮਾਰ ਜੀ ਨੇ ਕਲੀਅਰ ਕਿਹਾ ਕਹਿੰਦੇ ਆਹ ਕੁਛ ਦੇ ਸਕਦੇ ਹਾਂ ਜੇ ਲੈਣਾ ਲਓ ਨਹੀਂ ਤਾਂ ਉੱਠੋ ਅਸੀਂ ਕਿਹਾ ਠੀਕ ਹੈ ਜੀ ਅਸੀਂ ਉੱਠ ਜਾਂਦੇ ਹਾਂ ਅਸੀਂ ਉੱਠ ਕੇ ਆ ਗਏ ਫਿਰ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਾਡੇ ਕੋਲ ਆਏ ਕੋਈ ਸੰਦੀਪ ਸੰਧੂ ਜੀ ਉੱਠ ਕੇ ਆਏ 2 MLA ਸੀਗੇ ਨਾਲ ਜਿਹੜੇ ਸਾਡੇ 4 MLA ਬੈਠੇ ਸੀ ਉਹਨਾਂ 'ਚ 2 ਉੱਠ ਕੇ ਆਏ ਈਵਨ ਕਿ ਬਾਅਦ 'ਚ ਸਿੱਖਿਆ ਮੰਤਰੀ ਸਾਹਿਬ ਵੀ ਆਏ ਵੀ ਇੱਕ ਬਾਰਗੈਨਿੰਗ ਦੇਖੋ ਗਵਰਨਮੈਂਟ ਕੋਲ ਕੀ ਚੀਜ਼ ਦੀ ਘਾਟ ਹੈ ਜਿਹੜੀ ਕਿ 18 ਸਾਲ ਸਾਡੇ ਲਈ ਦੇਖੋ ਇੱਕ ਫਾਈਨਾਂਸ ਡਿਪਾਰਟਮੈਂਟ ਹੈ ਉਹ ਕਹਿੰਦਾ ਵੀ ਸਾਡੇ ਕੋਲ ਖਜ਼ਾਨਾ ਹੈ ਨਹੀਂ ਗਵਰਨਮੈਂਟ ਕਹਿੰਦੀ ਹੈ ਸਾਡੇ ਕੋਲ ਖਜ਼ਾਨਾ ਹੈ ਨਹੀਂ ਤਾਂ ਖਜ਼ਾਨਾ ਸਾਡੇ ਟੈਂਪਰੇਰੀ ਟੀਚਰ ਲਈ 18 ਸਾਲ ਦੇ ਸਮੇਂ ਦੌਰਾਨ ਕਿਸੇ ਸਮੇਂ ਵੀ ਪਲੱਸ 'ਚ ਨਹੀਂ ਹੋਇਆ ਸਾਡੇ ਲਈ ਹੁਣ ਤੱਕ ਖਜ਼ਾਨਾ ਖਾਲੀ ਰਿਹਾ ਤਾਂ ਅਸੀਂ ਆਪਦਾ ਰੁਜ਼ਗਾਰ ਕਿਵੇਂ ਚਲਾਈਏ ਹੁਣ ਗਵਰਨਮੈਂਟ ਆਪਦੀ ਤਰਫੋਂ ਪ੍ਰਪੋਜ਼ਲ ਰੱਖ ਕੇ ਪਾਸੇ ਹੋ ਜਾਂਦੀ ਹੈ ਤਾਂ ਅਸੀਂ ਆਪਦੇ ਐਜੂਟੇਸ਼ਨ ਵੱਲ ਵੱਧਦੇ ਹਾਂ ਤਾਂ ਗਵਰਨਮੈਂਟ ਜੇ ਸਾਡੀ ਪਹਿਲੀ ਵਾਰ ਪੂਰੀ ਮੰਗ ਕਰ ਲਵੇ ਅਸੈਪਟ ਤਾਂ ਸਾਨੂੰ ਐਜੂਟੇਸ਼ਨ ਦਾ ਰਸਤਾ ਕਿਉਂ ਬਣਾਉਣਾ ਹੁਣ ਅੱਗੇ ਦੇ ਸਟੈਪਸ ਕੀ ਰਹੂਗੇ ਧਰਨੇ ਨੂੰ ਮਤਲਬ ਸਮਾਪਤੀ ਵੱਲ ਕਦੋਂ ਅਤੇ ਕਿੱਦਾਂ ਲੈ ਕੇ ਜਾਊਂਗੇ ਜਾਂ ਸਮਾਪਤੀ ਵੱਲ ਤਾਂ ਮੈਡਮ ਗੋਲ ਅਚੀਵ ਉੱਤੇ ਹੈ ਗੋਲ ਅਚੀਵ ਹੋ ਜਾਂਦੀ ਹੈ ਸਾਡੀ ਮੰਜ਼ਿਲ ਮਿਲ ਜਾਂਦੀ ਹੈ ਅਸੀਂ ਰੈਗੂਲਰ ਹੋ ਜਾਂਦੇ ਹਾਂ ਤਾਂ ਧਰਨੇ ਦੀ ਸਮਾਪਤੀ ਹੋਊਗੀ ਖੁਸ਼ੀ ਦੇ ਮਾਹੌਲ 'ਚ ਹੋਊਗੀ ਇਹ ਤਾਂ ਕਲੀਅਰ ਹੀ ਗੱਲ ਹੈ ਮੈਡਮ ਧਰਨੇ ਦੀ ਸਮਾਪਤੀ ਖੁਸ਼ੀ ਦੇ ਮਾਹੌਲ 'ਚ ਹੋਣੀ ਹੈ ਰੈਗੂਲਰ ਦੀ ਜੋਬ ਹੋ ਜੂਗੀ ਜੇਕਰ ਰੈਗੂਲਰ ਜੋਬ ਨਹੀਂ ਹੁੰਦੀ ਇਹਨਾਂ ਨੇ ਸਾਡਾ ਜ਼ੋਰ ਦੇਖਣਾ ਹੋਵੇ ਇਹਨਾਂ ਨੇ ਸਾਡੀ ਇਮਾਨ ਪਰਖਣੇ ਹੋਣ ਇਰਾਦੇ ਪਰਖਣੇ ਹੋਣ ਤਾਂ ਗਵਰਨਮੈਂਟ ਦਾ ਉੱਥੋਂ ਤੱਕ ਅਸੀਂ ਐਜੂਟੇਸ਼ਨ ਕਰਾਂਗੇ ਭਾਵੇਂ ਦੀ ਅਸੀਂ ਈਵਨ ਕਿ ਜਾਨਾਂ ਵੀ ਵਾਰਨੀਆਂ ਪੈ ਜਾਣ ਪਛਾਣ ਹਟਦੇ ਅਸੀਂ ਰੈਗੂਲਰ ਹੋ ਕੇ ਜਾਣਾ ਅਤੇ ਇਹਦੇ ਤਹਿਤ ਅਗਲਾ ਨੈਕਸਟ ਪਹਿਲਾ ਸਟੈਪ ਸਾਡਾ ਇਹ ਹੈ ਅਸੀਂ 21 ਤਰੀਕ ਨੂੰ ਸਟੇਟ ਲੈਵਲ ਦਾ ਇੱਕ ਵੱਡਾ ਇਕੱਠ ਰੱਖਿਆ ਹੋਇਆ ਅਸੀਂ ਉਹ ਚੰਡੀਗੜ੍ਹ ਵੱਲ ਨੂੰ ਵਧਾਂਗੇ 2 ਸੈਕਟਰ ਦੇ ਵਿੱਚ CM ਹਾਊਸ ਹੈ ਅਤੇ ਪ੍ਰੈਜੈਂਟ ਜਿਹੜੇ CM ਸਾਹਿਬ ਨੇ ਉਹ ਕੈਪਟਨ ਅਮਰਿੰਦਰ ਸਿੰਘ ਜੀ ਕਿਸੇ ਦਿਨ ਪਾਰਟੀ ਪ੍ਰਧਾਨ ਸੀਗੇ ਸਾਡੀ ਧਰਨੇ ਦੇ ਵਿੱਚ ਆਏ ਸੀ ਅਤੇ ਵਾਅਦਾ ਕਰਕੇ ਗਏ ਸੀ ਅਸੀਂ ਹੁਣ ਉਹ ਸਾਰੇ ਟੀਚਰ ਵਾਅਦਾ ਯਾਦ ਕਰਾਉਣ ਜਾਵਾਂਗੇ ਪਿਛਲੀ ਵਾਰ ਤੁਸੀਂ ਉੱਧਰ ਨੂੰ ਕੂਚ ਕਰਿਆ ਸੀ ਤਾਂ ਪੁਲਿਸ ਨੇ ਕਾਫੀ ਤੁਹਾਡੇ 'ਤੇ ਤਸ਼ੱਦਦ ਢਾਏ ਸੀਗੇ ਟੀਚਰਸ 'ਤੇ ਇਸ ਵਾਰੀ
ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੀਆਂ ਆਸੂ ਗੈਸ ਦੇ ਗੋਲੇ ਉਹ ਘੋੜਿਆਂ ਵਾਲੀ ਪੁਲਿਸ ਨਹੀਂ ਹੋਊਗੀ? ਨਹੀਂ ਨਹੀਂ ਹੋਣ ਦਾ ਤਾਂ ਨਹੀਂ ਅਸੀਂ ਉਮੀਦ ਲਾਉਂਦੇ, ਸਾਨੂੰ ਇਹ ਲੱਗਿਆ ਵੀ ਉਹਦੇ ਨਾਲੋਂ ਜ਼ਿਆਦਾ ਹੋਊਗੀ, ਕਿਉਂਕਿ ਜੇ ਸਾਡੀ ਫੋਰਸ ਵਧੂਗੀ ਇਹਨਾਂ ਨੂੰ, ਮੈਂ ਤਾਂ ਹੈਰਾਨ ਹਾਂ। ਇੱਕ ਡੈਮੋਕ੍ਰੇਸੀ ਹੈ ਸਾਡੀ, ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਸੀ, ਅਸੀਂ ਪ੍ਰੋਟੈਸਟ ਕਰਨ ਦਾ ਆਪ ਇੱਕ ਕਾਨੂੰਨੀ ਅਧਿਕਾਰ ਰੱਖਦੇ ਹਾਂ, ਤਾਂ ਉਹਨੂੰ ਨੱਪਣ ਦੇ ਲਈ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੈ? ਅਥਰੂ ਗੈਸ ਦੇ ਗੋਲੇ ਜਿਹੜੇ ਛੱਡੇ ਜਾਂਦੇ ਆ ਉਹ ਇੰਨੇ ਕੁ ਇਸ ਐਜੀਟੇਸ਼ਨਾਂ ਨੂੰ ਦਬਾਉਣ ਲਈ ਨਹੀਂ ਹੁੰਦੇ, ਠੀਕ ਹੈ। ਜਿਹੜੀ ਘੋੜਿਆਂ ਵਾਲੀ ਪੁਲਿਸ ਹੈ, ਜੇ ਇਹਨਾਂ ਕੋਲ ਜ਼ਿਆਦਾ ਪਾਵਰ ਹੈ ਤਾਂ ਇਹ ਬਾਰਡਰਾਂ ਦੇ ਉੱਤੇ ਪਰਖ ਲੈਣ, ਫੋਰਨ ਦੇ ਜਿਹੜੇ ਦੂਸਰੇ ਦੇਸ਼ਾਂ ਦੇ ਇਹਨਾਂ ਨੂੰ ਕੋਈ ਮਿਲੀਟੈਂਟ ਆਉਂਦੇ ਆ ਉੱਥੇ ਪਰਖ ਲੈਣ, ਅਤੇ ਬੈਲਟ ਦੀ ਨੌਕਰੀ ਜਿਹੜੇ ਕਰ ਰਹੇ ਉਹ ਸਾਡੇ ਉੱਤੇ ਕਿਉਂ ਤਸ਼ੱਦਦ ਲਾਉਂਦੇ? ਗੌਰਮੈਂਟ ਨੇ ਸਾਨੂੰ ਕੁੱਟਣ ਦੇ ਕਿਉਂ ਰਹੇ? 18 ਸਾਲ ਕੁੱਟ ਖਾਧੀ ਆ, ਹੁਣ ਹੋਰ ਖਾ ਲਾਂਗੇ। ਤੁਹਾਡਾ ਇਰਾਦਾ ਸਿਰਫ ਔਰ ਸਿਰਫ ਸੀਐਮ ਹਾਊਸ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦਾ ਸੀਗਾ, ਕੋਈ ਵੀ ਕਿਸੇ ਤਰ੍ਹਾਂ ਦਾ ਖਤਰਾ ਪਹੁੰਚਾਉਣ ਦਾ ਨਹੀਂ ਸੀ? ਨਹੀਂ ਜੀ, ਅਸੀਂ ਕੋਈ ਵੀ ਸਰਕਾਰੀ ਪ੍ਰੋਪਰਟੀ ਨੂੰ ਜਾਂ ਕਿਸੇ ਵੀ ਤਰ੍ਹਾਂ ਦਾ ਹਿੰਸਕ ਘਟਨਾ ਨਹੀਂ ਸੀ ਕਰਨੀ ਚਾਹੁੰਦੇ, ਜਦਕਿ ਸਾਡੇ ਨਾਲ ਹਿੰਸਕ ਰੂਪ 'ਚ ਪੇਸ਼ ਆਏ। ਤੁਹਾਨੂੰ 2 ਬਾਰਡਰ ਲੱਗੇ ਆ, ਪੰਜਾਬ ਦਾ ਮੋਹਾਲੀ ਦਾ, ਐਂਡ ਫਿਰ ਚੰਡੀਗੜ੍ਹ ਪੁਲਿਸ ਮਿਲੀ? ਪਹਿਲਾਂ ਬੈਰੀਗੇਟਾਂ 'ਤੇ ਸਾਨੂੰ ਜਿਹੜਾ ਮੋਹਾਲੀ ਦੀ ਪੁਲਿਸ ਨੇ ਰੋਕਿਆ, ਅਤੇ ਰੋਕਿਆ ਵੀ ਬੜੇ ਤਰੀਕੇ ਨਾਲ। ਇਹਨਾਂ ਨੇ ਸੋਚਿਆ ਕਿ ਵੀ ਅਸੀਂ ਪਹਿਲਾਂ ਰੋਕਾਂਗੇ, ਉਹ ਧੱਕੇ ਨਾਲ ਟੱਪਣਗੇ, ਜਿਹੜੇ ਧੱਕੇ ਨਾਲ ਟੱਪਣ ਵਾਲੇ ਲੋਕ ਹੋਣਗੇ ਇਹਨਾਂ ਦੀ ਗਿਣਤੀ ਕਰੀਬ 200-300 ਹੋਊਗੀ, ਜਿਹੜੇ ਜ਼ਿਆਦਾ ਮਾਤਾ ਰੱਖਦੇ ਆ, ਜੋਸ਼ ਰੱਖਦੇ ਆ, ਉਹਨਾਂ ਨੂੰ ਟੱਪਣ ਤੋਂ ਬਾਅਦ ਅਸੀਂ ਫਿਰ ਬੈਰੀਗੇਟ ਲਾਵਾਂਗੇ। ਔਰ ਅਸੀਂ ਪਿੱਛੋਂ ਆ ਗਏ ਉੱਧਰੋਂ, ਫਿਰ ਜਦੋਂ ਸਾਡੇ ਟੀਚਰਾਂ ਨੂੰ ਰੋਕ ਲਿਆ ਅਸੀਂ ਫਿਰ ਪਿੱਛੋਂ ਆ ਗਏ। ਫਿਰ ਕੀ ਹੋਇਆ? ਫਿਰ ਬੈਰੀਗੇਟ ਤੋੜੇ, ਫਿਰ ਤੀਜੀ ਵਾਰੀ ਲਾਏ, ਫਿਰ ਤੋੜੇ। ਸਾਨੂੰ ਉੱਥੇ ਘੱਟੋ ਘੱਟ 1 ਘੰਟਾ ਲੱਗਿਆ। ਤੁਹਾਨੂੰ ਤੁਹਾਡੇ ਲਈ 3 ਬੈਰੀਗੇਟ ਲਾਏ ਹੋਏ ਸੀ? ਹਾਂ, ਉਸੇ ਬੈਰੀਗੇਟ ਨੂੰ ਦੁਬਾਰਾ ਸਟੈਂਡ ਕਰ ਦਿੰਦੇ ਸੀ ਕਿ ਇਹਨਾਂ ਨੂੰ ਅਸੀਂ ਪਿਛਲੇ ਟੀਚਰ ਆ ਜਿਹੜੇ ਉਹ ਸ਼ਾਇਦ ਉਹ ਜੋਸ਼ ਨਾ ਵਿਖਾ ਸਕਣ, ਬਟ ਸਾਡੇ 10,000 ਦਾ ਇਕੱਠ ਜਿਹੜਾ ਪਹੁੰਚਿਆ ਸੀ ਸਾਰੇ ਜੋਸ਼ੀਲੇ ਟੀਚਰ ਸੀ। ਅਤੇ ਅਸੀਂ ਪਹਿਲਾਂ ਉੱਥੇ 1 ਘੰਟਾ ਲੱਗਿਆ ਸਾਨੂੰ, ਅਸੀਂ ਆਪਦੇ ਰਸਤੇ ਦੀਆਂ ਰੋਕਾਂ ਪਾਸੇ ਕਰਦੇ ਹੋਏ ਅੱਗੇ ਵਧੇ, ਤਾਂ ਨੈਕਸਟ ਰੋਕ ਸੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਸੀ, ਉਹ ਜਿਹੜੀ ਰੋਕ ਸੀਗੀ ਪਤਾ ਨਹੀਂ ਕਿਉਂ ਇਹਨਾਂ ਨੂੰ ਇੰਨਾ ਡਰ ਲੱਗਿਆ ਹੋਇਆ ਸੀ, ਉਹ ਬੜੀ ਵੱਡੀ ਰੋਕ ਸੀ। ਇਹਨਾਂ ਨੇ ਜਿੱਥੇ ਬੈਰੀਗੇਟ ਲਾਏ ਉਹਦੇ ਨਾਲ ਨਾਲ ਉੱਪਰ ਕੰਡਿਆਲੀ ਤਾਰਾਂ ਵੀ ਲਾਈਆਂ, ਸਰਕਲ ਰਾਊਂਡ ਦੇ ਵਿੱਚ ਜਿਹੜੀ ਹੁੰਦੀ ਹੈ, ਜਿਹੜੀ ਕਿ ਬਾਰਡਰਾਂ ਦੇ ਉੱਤੇ ਰੱਖੀ ਜਾਂਦੀ ਹੈ, ਉਹ ਤਾਰ ਨੂੰ ਰੋਲ ਉੱਥੇ ਪਏ, ਬੈਰੀਗੇਟ ਵੀ ਉੱਚੇ, ਫਿਰ ਉਹ ਡਬਲ ਡਬਲ ਲੇਅਰ ਉਹਦੀ, ਫਿਰ ਉਹਦੇ ਉੱਤੇ ਤਾਰਾਂ, ਅਤੇ ਅੱਗੋਂ ਪੁਲਿਸ ਜਿਹੜੀ ਹੈਗੀ ਘੋੜਿਆਂ ਵਾਲੀ ਪੁਲਿਸ, ਅਤੇ ਪਿੱਛੋਂ ਜਿਹੜੀਆਂ ਪਾਣੀ ਦੀਆਂ ਵਿਛਾੜਾਂ ਵਾਸਤੇ ਟੈਂਕੀਆਂ ਭਰੀਆਂ ਪਈਆਂ, ਟੈਂਕੀਆਂ ਅੱਗਾਂ ਫਿਲ ਵੀ ਕੀਤੀਆਂ ਨੇ ਗੰਦੇ ਨਾਲੇ ਦੇ ਵਿੱਚੋਂ, ਜਿਹੜੀ ਕਿ ਥੱਲੇ ਉਹ ਡਰੇਨ ਆ ਉੱਥੇ ਉਹਦੇ ਵਿੱਚੋਂ ਫਿਲ ਕੀਤੀਆਂ, ਤਾਂ ਉਹ ਸਾਨੂੰ ਛੱਡੀਆਂ ਸਾਡੇ ਉੱਤੇ ਪਾਣੀ ਦੀਆਂ ਵਿਛਾੜਾਂ, ਨਾਲੋਂ ਨਾਲ ਸਾਡੇ ਅੱਥਰੂ ਗੈਸ ਦੇ ਗੋਲੇ ਆਏ, ਅਤੇ ਪੁਲਿਸ ਆ ਜਿਹੜੀ ਸਿੱਧੀ ਡਾਂਗ ਨਹੀਂ ਮਾਰੀ, ਤਾਂ ਕਸਰ ਕੋਈ ਛੱਡੀ ਨਹੀਂ। ਮੇਰੇ ਵੀ ਹੁਣ ਬੈਕ ਪੇਨ ਹੋ ਰਿਹਾ ਕਾਫੀ, ਬਥੇਰੇ ਟੀਚਰਾਂ ਨੂੰ ਸਾਡੇ ਨੂੰ ਬਹੁਤ ਪ੍ਰੋਬਲਮ ਆਈ ਹੈ, ਤਾਂ ਕੋਈ ਨਹੀਂ, ਨੈਕਸਟ ਫਿਰ ਤਿਆਰ ਹਾਂ ਅਸੀਂ। ਅੰਤ ਦੇ ਵਿੱਚ ਹਾਂਜੀ, ਆਖਰੀ ਸਵਾਲ ਮੇਰਾ ਤੁਹਾਨੂੰ ਹੋਏਗਾ ਕਿ ਟੀਚਰਸ ਦੀ ਇੰਨੀ ਤਰਸਯੋਗ ਹਾਲਤ ਸਮਾਜ ਦੇ ਵਿੱਚ, ਪਾਰਟੀਕੁਲਰਲੀ ਪੰਜਾਬ ਦੇ ਵਿੱਚ ਇਸ ਟਾਈਮ, ਇਹਦਾ ਕਿੱਦਾਂ ਸਲਿਊਸ਼ਨ ਹੋ ਸਕਦਾ? ਜੇ ਅਸੀਂ ਥੋੜ੍ਹੀ ਜਿਹੀ ਤਾਂ ਮੈਂ ਪੁਜੀਸ਼ਨ ਕਲੀਅਰ ਕਰਦੇ ਹਾਂ ਜੀ, ਜਿਹੜੀ ਜਿਵੇਂ ਫੋਰਨ ਦੇ ਵਿੱਚ ਕੰਪੇਅਰ ਕਰੀਏ ਅਸੀਂ ਆਪਦੇ ਪੰਜਾਬ ਨੂੰ ਜਾਂ ਸਾਡੇ ਦੇਸ਼ ਨੂੰ, ਤਾਂ ਫੋਰਨ ਦੇ ਵਿੱਚ ਜਿਵੇਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ, ਫਰੂਟ ਹੈ, ਸਬਜ਼ੀਆਂ ਹੈ, ਈਵਨ ਕਿ ਹੋਰ ਈਟੇਬਲ ਥਿੰਗਸ ਸਾਰੀਆਂ ਜਿੰਨੀਆਂ ਵੀ ਹੈਗੀਆਂ, ਉਹ ਸ਼ੋਰੂਮਾਂ ਦੇ ਵਿੱਚ ਬੰਦ ਸ਼ੀਸ਼ਿਆਂ 'ਚ ਰੱਖੀਆਂ ਜਾਂਦੀਆਂ। ਜਿਹੜਾ ਪੈਰਾਂ 'ਚ ਪਾਉਣ ਵਾਲੇ ਜੁੱਤੇ ਹੁੰਦੇ ਆ ਉਹ ਬਾਹਰ ਰੇਹੜੀਆਂ ਦੇ ਉੱਤੇ ਹੋ ਸਕਦੇ ਆ, ਉੱਥੇ ਹੁੰਦੇ ਆ। ਅਤੇ ਸਾਡੇ ਦੇਸ਼ 'ਚ ਇੱਥੇ ਹੀ ਉਲਟ ਸਿਧਾਂਤ ਹੈ ਕਿ ਵੀ ਜਿਹੜੀਆਂ ਈਟੇਬਲ ਥਿੰਗਸ ਹੈ ਉਹ ਰੇਹੜੀਆਂ 'ਤੇ ਵਿਕਦੀਆਂ, ਅਤੇ ਜਿਹੜੇ ਜੁੱਤੇ ਆ ਐਡੀਡਾਸ ਦੇ, ਨਾਇਕੀ ਦੇ, ਰੈੱਡ ਟੇਪ ਦੇ, ਉਹ ਸਾਰੇ ਸ਼ੋਰੂਮਾਂ 'ਚ ਪਏ। ਸਾਡੇ ਇਸ ਸਿਧਾਂਤ ਤੋਂ ਹੀ ਸਾਡੀ ਨੇਸ਼ਨ ਬਿਲਡਰ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹਨੇ ਨਵੀਂ ਜਨਰੇਸ਼ਨ ਬਣਾਉਣੀ ਹੈ, ਨਵੀਂ ਜਨਰੇਸ਼ਨ ਪੈਦਾ ਕਰਨੀ ਹੈ, ਉਹ ਸੜਕਾਂ 'ਤੇ ਰੁੜ ਰਿਹਾ। ਜਿਹੜੇ ਅਯੋਗ ਲੋਕ ਨੇ ਵੱਡੀਆਂ ਕੁਰਸੀਆਂ ਲੈ ਕੇ ਬੈਠੇ। ਅਸੀਂ ਟੀਚਰਾਂ ਦੀ ਜੇ ਸਮੱਸਿਆ ਦੀ ਗੱਲ ਕਰਦੇ ਹਾਂ ਤਾਂ ਸਮੱਸਿਆ ਟੀਚਰਾਂ ਦੀ ਹੱਲ ਜਿਹੜੀ ਹੋਣੀ ਆ, ਇਹਨਾਂ ਨੂੰ ਸੁਚਾਰੂ ਰੂਪ ਦੇ ਵਿੱਚ ਇੱਕ ਨਵਾਂ ਨਰੋਆ ਸਮਾਜ ਸਿਰਜਣ ਵਾਲੇ ਲੋਕਾਂ ਨੂੰ ਸੰਤੁਸ਼ਟ ਰੱਖਣ ਦੇ ਲਈ ਸਾਰਥਕ ਨੀਤੀਆਂ ਬਣਾਉਣੀਆਂ ਪੈਣਗੀਆਂ। ਜੇ ਸਾਰਥਕ ਨੀਤੀਆਂ ਬਣਾਉਣਗੇ ਟੀਚਰ, ਐਸ ਜੋ ਵੀ ਕਮਿਊਨਿਟੀ ਹੈ ਉਹ ਖੁਸ਼ ਹੋਊਗੀ, ਤਾਂ ਹੀ ਅੱਗੋਂ ਹੈਲਦੀ ਜਨਰੇਸ਼ਨ ਐਜੂਕੇਟ ਕੀਤੀ ਜਾ ਸਕੇ। ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜਨ ਦੇ ਲਈ, ਆਪਣਾ ਤੁਸੀਂ ਬਹੁਤ ਪ੍ਰੈਸ਼ੀਅਸ ਟਾਈਮ ਕੱਢ ਕੇ ਤਰਨੇ ਤੋਂ ਇੱਥੇ ਆਏ। ਥੈਂਕ ਯੂ ਮੈਡਮ, ਆਲ ਦਾ ਵੈਰੀ ਬੈਸਟ ਤੁਹਾਡੇ। ਥੈਂਕ ਯੂ ਮੈਡਮ, ਬਹੁਤ ਬਹੁਤ ਧੰਨਵਾਦ ਮੈਡਮ, ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਲੈ ਕੇ ਗਏ, ਸਾਡੇ ਦੁੱਖ ਦਰਦ ਨੂੰ ਲੋਕਾਂ ਤੱਕ ਲੈ ਕੇ ਗਏ, ਤੁਹਾਡਾ ਬਹੁਤ ਬਹੁਤ ਧੰਨਵਾਦ।